ਅੱਜ ਆਪਾਂ ਪੜ੍ਹਾਂਗੇ ਭਾਰਤੀ ਸਰਕਾਰ ਅਤੇ ਰਾਜਨੀਤੀ ਦਾ ਟੌਪਿਕ ਮੂਲ ਅਧਿਕਾਰ, ਜਿਹਨੂੰ ਕਿ ਆਪਾਂ ਫੰਡਾਮੈਂਟਲ ਰਾਈਟਸ ਕਹਿੰਦੇ ਹਾਂ, ਜੋ ਕਿ ਇਗਨੂ ਦੇ ਸਟੱਡੀ ਮਟੀਰੀਅਲ BPSC 132 ਦਾ ਵਿਸ਼ਾ ਹੈ। ਅੱਜ ਇਸ ਦੇ ਬਾਰੇ ਆਪਾਂ ਵਿਸਤਾਰ ਪੂਰਵਕ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੂੰਗੇ ਕਿ ਜਿਹੜਾ ਮੂਲ ਅਧਿਕਾਰ ਹਨ, ਇਹ ਭਾਰਤੀ ਸੰਵਿਧਾਨ ਦੇ ਭਾਗ 3 ਦੇ ਵਿੱਚ ਸ਼ਾਮਿਲ ਹਨ, ਜੋ ਕਿ ਅਨੁਛੇਦ 12 ਤੋਂ ਲੈ ਕੇ 35 ਤੱਕ ਵੰਡੇ ਹੋਏ ਹਨ। ਇਸ ਸਮੇਂ ਭਾਰਤ ਦੇ ਵਿੱਚ 6 ਮੂਲ ਅਧਿਕਾਰ ਹਨ। ਹਾਲਾਂਕਿ ਜਦੋਂ ਆਪਣਾ ਸੰਵਿਧਾਨ ਲਾਗੂ ਹੋਇਆ ਸੀਗਾ ਉਸ ਸਮਾਂ 7 ਮੂਲ ਅਧਿਕਾਰ ਸਨ, ਪਰੰਤੂ ਇੱਕ ਮੂਲ ਅਧਿਕਾਰ ਜਿਹੜਾ ਸੰਪੱਤੀ ਦਾ ਅਧਿਕਾਰ ਸੀਗਾ ਉਹਨੂੰ ਹਟਾ ਦਿੱਤਾ ਗਿਆ ਸੀਗਾ ਸੰਨ 1978 ਦੇ ਵਿੱਚ, ਜੋ ਕਿ 44ਵੀਂ ਸੋਧ ਦੇ ਤਹਿਤ ਹਟਾਇਆ ਗਿਆ ਸੀ। ਹੁਣ ਜਿਹੜੇ ਆਪਣੇ ਕੋਲ 6 ਮੂਲ ਅਧਿਕਾਰ ਹਨ ਉਹਨਾਂ ਨੂੰ ਅਨੁਛੇਦ ਵਾਈਜ਼ ਵੰਡਿਆ ਗਿਆ ਹੈ, ਜਿਵੇਂ ਕਿ ਪਹਿਲਾਂ ਆਉਂਦਾ ਰਾਈਟ ਟੂ ਇਕੁਐਲਿਟੀ ਯਾਨੀ ਸਮਤਾ ਦਾ ਅਧਿਕਾਰ, ਇਹ ਅਨੁਛੇਦ 14 ਤੋਂ 18 ਤੱਕ ਆਉਂਦਾ ਹੈ। ਫਿਰ ਹੈਗਾ ਰਾਈਟ ਟੂ ਫਰੀਡਮ, ਜੋ ਕਿ 19 ਤੋਂ 22 ਤੱਕ ਆਉਂਦਾ ਹੈ, ਜਿਹਨੂੰ ਸੁਤੰਤਰਤਾ ਦਾ ਅਧਿਕਾਰ ਕਹਿੰਦੇ ਹਾਂ। ਫਿਰ ਹੈ ਰਾਈਟ ਅਗੇਂਸਟ ਐਕਸਪਲੋਇਟੇਸ਼ਨ, ਇਹ ਆਉਂਦਾ ਹੈ 23 ਅਤੇ 24 ਚ ਅਨੁਛੇਦ 'ਚ, ਇਹ ਹੁੰਦਾ ਹੈ ਕਿ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਕਹਿੰਦੇ ਹਾਂ। ਫਿਰ ਆਉਂਦਾ ਹੈ ਰਾਈਟ ਟੂ ਫਰੀਡਮ ਆਫ ਰਿਲੀਜਨ, ਧਰਮ ਦੀ ਸੁਤੰਤਰਤਾ ਦਾ ਅਧਿਕਾਰ, ਇਹ ਆਉਂਦਾ ਹੈ ਅਨੁਛੇਦ 25 ਤੋਂ ਲੈ ਕੇ 28 ਤੱਕ। ਫਿਰ ਆਉਂਦਾ ਹੈ ਕਲਚਰਲ ਐਂਡ ਐਜੂਕੇਸ਼ਨ ਰਾਈਟਸ, ਜੋ ਕਿ ਇਹ ਰਾਈਟਸ ਹੁੰਦੇ ਨੇ, ਇਹ ਮਾਈਨੋਰਟੀਜ਼ ਨੂੰ ਦਿੱਤੇ ਗਏ ਹਨ ਤਾਂ ਕਿ ਉਹ ਆਪਣੀ ਸੰਸਕ੍ਰਿਤੀ ਅਤੇ ਆਪਣੀ ਭਾਸ਼ਾ ਦਾ ਵਿਕਾਸ ਕਰ ਸਕਣ, ਜੋ ਕਿ ਇਹ ਅਨੁਛੇਦ 29 ਅਤੇ 30 ਦੇ ਵਿੱਚ ਆਉਂਦਾ ਹੈ। ਫਿਰ ਆਪਾਂ ਗੱਲ ਕੀਤੀ ਸੀਗੀ ਸੰਪੱਤੀ ਅਧਿਕਾਰ ਦੀ, ਜਿਹਨੂੰ ਕਿ ਹਟਾ ਦਿੱਤਾ ਗਿਆ ਹੈ, ਇਹ ਆਉਂਦਾ ਸੀਗਾ ਆਰਟੀਕਲ 31 ਦੇ ਅੰਡਰ। ਹੁਣ ਆਰਟੀਕਲ 31 ਦੇ ਅੰਡਰ ਕੋਈ ਵੀ ਅਧਿਕਾਰ ਨਹੀਂ ਹੈਗਾ, ਉਹ ਖਾਲੀ ਹੋ ਚੁੱਕਿਆ ਹੈਗਾ, ਹੁਣ ਇਹ ਲੀਗਲ ਰਾਈਟ ਬਣ ਗਿਆ ਹੈ ਜੋ ਕਿ ਆਰਟੀਕਲ 300A ਦੇ ਅੰਡਰ ਆਉਂਦਾ ਹੈ। ਫਿਰ ਆਪਾਂ ਗੱਲ ਕਰਦੇ ਹਾਂ ਲਾਸਟ ਵਾਲੇ ਦੀ, ਰਾਈਟ ਟੂ ਕੰਸਟੀਟਿਊਸ਼ਨ ਐਮਡੀਸ, ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, ਇਹ ਆਉਂਦਾ ਹੈ ਅਨੁਛੇਦ 32 ਦੇ ਵਿੱਚ। ਹੁਣ ਆਪਾਂ 6 ਦੇ 6 ਅਧਿਕਾਰ ਬਾਰੇ ਵਿਸਤਾਰ ਪੂਰਵਕ ਚਰਚਾ ਕਰਾਂਗੇ, ਇੱਕ ਇੱਕ ਅਨੁਛੇਦ ਦੇ ਵਿੱਚ ਕਿਹੜਾ ਕਿਹੜਾ ਕੀ ਕਹਿੰਦਾ ਹੈ ਆਪਾਂ ਅਨੁਛੇਦ ਵਾਈਜ਼ ਪੜ੍ਹਾਂਗੇ। ਇਸ ਤੋਂ ਪਹਿਲਾਂ ਆਪਾਂ ਅਨੁਛੇਦ ਵਾਈਜ਼ ਪੜ੍ਹੀਏ ਤਾਂ ਇਹਦੀ ਤੁਸੀਂ ਭੂਮਿਕਾ ਕਰ ਲੈਂਦੇ ਹਾਂ ਕਿ ਇਹ ਕਦੋਂ ਸ਼ੁਰੂ ਹੋਏ, ਕਦੋਂ ਆਏ, ਕਿੱਥੋਂ ਲਿਆਂਦੇ ਗਏ, ਇਹਨੂੰ ਕੀ ਕਿਹਾ ਜਾਂਦਾ ਹੈ। ਸਭ ਤੋਂ ਪਹਿਲੀ ਗੱਲ, ਜਿਹੜੇ ਆਪਣੇ ਫੰਡਾਮੈਂਟਲ ਰਾਈਟਸ ਹਨ ਇਹਨੂੰ ਮੈਗਨਾ ਕਾਰਟਾ ਕਿਹਾ ਜਾਂਦਾ ਹੈ। ਜਿਹੜੇ ਕੰਸਟੀਟਿਊਸ਼ਨ ਦੇ ਵਿੱਚ ਆਪਣੇ ਫੰਡਾਮੈਂਟਲ ਰਾਈਟਸ ਹਨ ਇਹਨੂੰ ਮੈਗਨਾ ਕਾਰਟਾ ਕਿਹਾ ਜਾਂਦਾ ਹੈ। ਮੈਗਨਾ ਕਾਰਟਾ ਇਸ ਕਰਕੇ ਕਿਹਾ ਜਾਂਦਾ ਹੈ ਕਿ ਜਿਹੜਾ ਮੈਗਨਾ ਕਾਰਟਾ ਹੈ ਇਹ ਇੱਕ ਤਰ੍ਹਾਂ ਦਾ ਅਧਿਕਾਰ ਪੱਤਰ ਸੀਗਾ, ਜੋ ਕਿ ਸੰਨ 1215 ਈਸਵੀ ਦੇ ਵਿੱਚ ਇੰਗਲੈਂਡ ਦੇ ਮਜ਼ਦੂਰਾਂ ਨੂੰ ਪ੍ਰੋਵਾਈਡ ਕੀਤਾ ਗਿਆ ਸੀ। ਸੰਨ 1215 'ਚ ਕੀ ਹੋਇਆ ਸੀਗਾ, ਇੰਗਲੈਂਡ ਵਿੱਚ ਮਜ਼ਦੂਰਾਂ ਨੇ ਆਪਣੇ ਹੱਕਾਂ ਲਈ ਸਟ੍ਰਾਈਕ ਕਰਤੀ ਸੀ। ਉਹਨਾਂ ਦੀ ਕੁਝ ਡਿਮਾਂਡ ਸੀਗੀਆਂ, ਕੁਛ ਉਹਨਾਂ ਅਧਿਕਾਰ ਸੀਗੇ, ਜਿਵੇਂ ਕਿ ਛੁੱਟੀ ਦੀ ਡਿਮਾਂਡ ਸੀਗੀ ਕਿ ਸਾਨੂੰ ਹਫ਼ਤੇ 'ਚ ਇੱਕ ਛੁੱਟੀ ਚਾਹੀਦੀ ਹੈ। ਫਿਰ ਘੰਟਿਆਂ ਨੂੰ ਲੈ ਕੇ ਸੀਗੀ ਕਿ ਅਸੀਂ ਜਿਹੜੀ ਮਜ਼ਦੂਰੀ ਹੈਗੀ 8 ਜਾਂ 10 ਘੰਟੇ ਹੀ ਕਰਨੀ ਹੈ, ਜੋ ਕਿ ਉਹਨਾਂ ਕੋਲ 12 ਘੰਟੇ 16 ਘੰਟੇ 14 ਘੰਟੇ ਐਵੇਂ ਲਿੱਤੀ ਜਾਂਦੀ ਸੀ, ਅਤੇ ਇਸ ਤਰ੍ਹਾਂ ਦਾ ਉਹਨਾਂ ਦਾ ਕੋਈ ਮੰਗਾਂ ਸੀਗੇ। ਫਿਰ ਜੋ ਸਰਕਾਰ ਨੇ ਪਹਿਲੀ ਵਾਰ ਉਹਨਾਂ ਦੀ ਮੰਗਾਂ ਮੰਗੀਆਂ ਤਾਂ ਉਹ ਇੱਕ ਰਿਟਨ ਦੇ ਵਿੱਚ ਦਿੱਤਾ ਗਿਆ।
ਜਿਹੜਾ ਰਿਟਨ ਡਾਕੂਮੈਂਟ ਸੀ ਉਹਦਾ ਨਾਮ ਸੀ ਮੈਗਨਾ ਕਾਰਟਾ, ਜੋ ਕਿ ਬ੍ਰਿਟਿਸ਼ ਵੱਲੋਂ ਇਸ਼ੂ ਹੋਇਆ ਸੀਗਾ ਮਜ਼ਦੂਰਾਂ ਨੂੰ। ਤਾਂ ਕਿਉਂਕਿ ਇਹ ਜਿਹੜਾ ਮੈਗਨਾ ਕਾਰਟਾ ਓਫਿਸ਼ੀਅਲ ਪੱਤਰ ਸੀਗਾ, ਇਹਦੇ 'ਚ ਅਧਿਕਾਰਾਂ ਦੀ ਗੱਲਾਂ ਕੀਤੀ ਜਾਂਦੀ ਸੀਗੀਆਂ ਜੋ ਕਿ ਬੁਨਿਆਦੀ ਅਧਿਕਾਰ ਸੀ। ਇਸੇ ਕਰਕੇ ਜਿਹੜੇ ਭਾਰਤੀ ਸੰਵਿਧਾਨ ਦੇ ਮੂਲ ਅਧਿਕਾਰ ਹਨ ਉਹਨਾਂ ਨੂੰ ਵੀ ਮੈਗਨਾ ਕਾਰਟਾ ਕਿਹਾ ਜਾਂਦਾ ਹੈ। ਹੁਣ ਆਪਾਂ ਗੱਲ ਕਰਾਂਗੇ ਜਿਹੜੇ ਆਪਣੇ ਅਧਿਕਾਰ ਹਨ ਇਹ ਕਿੱਥੋਂ ਦਿੱਤੇ ਗਏ ਹਨ, ਕਿਉਂਕਿ ਜਦੋਂ ਆਪਣਾ ਸੰਵਿਧਾਨ ਬਣਿਆ ਸੀਗਾ ਸਨ 1946 ਦੇ ਵਿੱਚ, ਯਾਨੀ 9 ਦਸੰਬਰ 1946 'ਚ ਆਪਣੀ ਪਹਿਲੀ ਮੀਟਿੰਗ ਹੋਈ ਸੀ ਸੰਵਿਧਾਨ ਸਭਾ ਦੀ, ਜਿਨ੍ਹਾਂ ਨੇ ਸੰਵਿਧਾਨ ਬਣਾਉਣਾ ਸੀ ਜਿਹਨੂੰ ਆਪਾਂ ਸੰਵਿਧਾਨ ਨਿਰਮਾਤਾ ਕਹਿੰਦੇ ਹਾਂ। ਜਦੋਂ ਇਹਨਾਂ ਮੀਟਿੰਗ ਹੋਈ ਸੀ ਤਾਂ ਉਸ ਸਮੇਂ ਇਹ ਡਿਸਾਈਡ ਕੀਤਾ ਗਿਆ ਸੀ ਜਿਹੜਾ ਆਪਾਂ ਸੰਵਿਧਾਨ ਬਣਾਉਣਾ ਹੈ ਉਹਨੂੰ ਬਣਾਉਣ ਵੇਲੇ ਆਪਾਂ ਵੱਖ ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਵਿਸਤਾਰ ਪੂਰਵ ਰੀਡ ਕਰਾਂਗੇ। ਜਿਵੇਂ ਜਰਮਨੀ ਦਾ ਸੰਵਿਧਾਨ ਦੇਖਿਆ, ਇੰਗਲਿਸ਼ ਦਾ ਸੰਵਿਧਾਨ ਦੇਖਿਆ, ਠੀਕ ਹੈ, ਇੰਗਲੈਂਡ ਦਾ ਸੰਵਿਧਾਨ ਦੇਖਿਆ, ਅਮਰੀਕਾ ਦਾ ਸੰਵਿਧਾਨ ਦੇਖਿਆ, ਤਾਂ ਸਾਰੇ ਸੰਵਿਧਾਨ ਉਹਨਾਂ ਨੇ ਇੱਕ ਵਾਰ ਪੜ੍ਹੇ ਅਤੇ ਜਿਹੜੇ ਸੰਵਿਧਾਨ ਦੇ ਵਿੱਚੋਂ ਜਿਹੜੀ ਗੱਲ ਆਪਾਂ ਨੂੰ ਜ਼ਿਆਦਾ ਢੁੱਕਵੀਂ ਲੱਗੀ, ਜ਼ਿਆਦਾ ਆਪਾਂ ਨੂੰ ਜਚੀ, ਉਹ ਆਪਾਂ ਉਸ ਸੰਵਿਧਾਨ 'ਚੋਂ ਲੈ ਲਿੱਤੇ ਗਏ। ਹੁਣ ਜੇ ਆਪਾਂ ਗੱਲ ਕਰਦੇ ਹਾਂ ਮੂਲ ਅਧਿਕਾਰਾਂ ਦੀ, ਤਾਂ ਜਿਹੜੇ ਮਤਲਬ ਮੂਲ ਅਧਿਕਾਰ ਹਨ ਇਹ ਅਮਰੀਕੀ ਸੰਵਿਧਾਨ 'ਚੋਂ ਲਿੱਤੇ ਗਏ ਹਨ, ਕਿਉਂਕਿ ਅਮਰੀਕਾ ਸੰਵਿਧਾਨ ਐਸਾ ਸੰਵਿਧਾਨ ਸੀਗਾ ਜਿਹਨੇ ਸਭ ਤੋਂ ਪਹਿਲਾਂ ਮੂਲ ਅਧਿਕਾਰਾਂ ਨੂੰ ਸ਼ਾਮਲ ਕੀਤਾ ਸੀਗਾ। ਬਾਕੀ ਦੇਸ਼ਾਂ ਦੇ ਸੰਵਿਧਾਨਾਂ ਨੇ ਬਾਅਦ ਸ਼ਾਮਿਲ ਕੀਤਾ ਗਿਆ, ਅਮਰੀਕਾ ਨੇ ਸਭ ਤੋਂ ਪਹਿਲਾਂ ਮੂਲ ਅਧਿਕਾਰਾਂ ਨੂੰ ਆਪਣੇ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਸੀ। ਤਾਂ ਇਸ ਕਰਕੇ ਜਦੋਂ ਆਪਾਂ ਸੰਵਿਧਾਨ ਅਡੋਪਟ ਕੀਤੇ ਹਨ ਆਪਾਂ ਵੀ ਅਮਰੀਕਾ ਦੇ ਸੰਵਿਧਾਨ 'ਚੋਂ ਲਿੱਤੇ ਗਏ ਹਨ, ਕਿਉਂਕਿ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਮੂਲ ਅਧਿਕਾਰ ਦਾ ਵਰਣਨ ਵਿਸਤਾਰਪੂਰਵਕ ਦਿੱਤਾ ਗਿਆ ਹੈ। ਅਤੇ ਜਿਹੜੇ ਮੂਲ ਸੰਵਿਧਾਨ ਹਨ ਆਪਣੇ ਅਧਿਕਾਰ ਹਨ ਇਹ ਤੁਹਾਨੂੰ ਹੁਣੇ ਕਰਵਾਇਆ ਨਾ 12 ਤੋਂ 35 ਤੱਕ ਹੁੰਦੇ ਹਨ, ਪਰੰਤੂ ਜਦੋਂ ਆਪਣੇ ਦੇਸ਼ ਦੇ ਵਿੱਚ ਆਪਾਤਕਾਲੀਨ ਹੋ ਜਾਂਦਾ ਹੈ, ਸੰਕਟਕਾਲੀਨ ਦੀ ਸਥਿਤੀ ਆਉਂਦੀ ਜਿਹਨੂੰ ਆਪਾਂ ਐਮਰਜੈਂਸੀ ਕਹਿੰਦੇ ਹਾਂ, ਤਾਂ ਉਸ ਸਮੇਂ ਕੀ ਹੁੰਦਾ ਆਪਣੇ ਮੂਲ ਅਧਿਕਾਰ ਜਿਹੜੇ ਹੁੰਦੇ ਭਾਰਤੀ ਨਾਗਰਿਕਾਂ ਦੇ ਇਹ ਸਾਰੇ ਰੱਦ ਹੋ ਜਾਂਦੇ ਹਨ, ਕਿਉਂਕਿ ਮੂਲ ਅਧਿਕਾਰ ਤਦ ਤੱਕ ਹੀ ਹਨ ਜਦ ਤੱਕ ਆਪਣੇ ਦੇਸ਼ ਦੇ ਵਿੱਚ ਸ਼ਾਂਤੀ ਬਣੀ ਹੋਈ ਹੈ। ਜਦੋਂ ਸ਼ਾਂਤੀ ਭੰਗ ਹੋ ਗਈ, ਐਮਰਜੈਂਸੀ ਹੋ ਗਈ, ਲੜਾਈ ਲੱਗ ਗਈ, ਤਾਂ ਉਸ ਸਮੇਂ ਕੀ ਹੁੰਦਾ ਉਸ ਸਮੇਂ ਜਿਹੜੇ ਆਪਣੇ ਦੇਸ਼ ਦੇ ਪ੍ਰੈਜ਼ੀਡੈਂਟ ਹਨ ਉਹ ਆਪਣੇ ਹੱਥ ਦੇ ਵਿੱਚ ਸਾਰਾ ਦੇਸ਼ ਲੈ ਲੈਂਦੇ ਹਨ, ਫਿਰ ਆਪਾਂ ਰਾਸ਼ਟਰਪਤੀ ਰਾਜ ਕਹਿੰਦੇ ਹਾਂ, ਫਿਰ ਉਹ ਆਪਣੇ ਅਕੋਰਡਿੰਗਲੀ ਸੈਨਾ ਨੂੰ ਲਾ ਕੇ ਮਿਲਟਰੀ ਲਗਾ ਕੇ ਆਪਣੇ ਸਿਚੁਏਸ਼ਨ ਨੂੰ ਕੰਟਰੋਲ ਕਰਦੇ ਹਨ। ਤਾਂ ਉਸ ਸਮੇਂ ਕਿਆ ਹੁੰਦਾ ਜਿਹੜੇ ਬਾਕੀ ਲੋਕਾਂ ਦੇ ਮੂਲ ਅਧਿਕਾਰ ਹਨ ਉਹ 'ਤੇ ਇਫੈਕਟ ਪੈਂਦਾ ਹੈ, ਪਰੰਤੂ ਦੋ ਅਧਿਕਾਰ ਐਸੇ ਹਨ ਜਿਹ 'ਤੇ ਇਫੈਕਟ ਨਹੀਂ ਪੈਂਦਾ, ਉਹ ਹਨ ਆਰਟੀਕਲ 20 ਅਤੇ ਆਰਟੀਕਲ 21, ਯਾਨੀ ਜਿਹੜਾ ਅਨੁਛੇਦ 20 ਅਤੇ 21 ਦੇ ਵਿੱਚ ਆਉਂਦੇ ਹਨ ਮੂਲ ਅਧਿਕਾਰ, ਇਹ ਰੱਦ ਨਹੀਂ ਹੁੰਦੇ, ਇਹਨੂੰ ਛੱਡ ਕੇ ਬਾਕੀ ਸਾਰੇ ਮੂਲ ਅਧਿਕਾਰ ਰੱਦ ਹੋ ਜਾਂਦੇ ਹਨ। ਆਪਾਂ ਹੁਣ ਪੜ੍ਹਾਂਗੇ ਨਾ ਇਕੱਲਾ ਇਕੱਲੇ ਅਨੁਛੇਦ ਦਾ ਕਿ ਕਿਹੜਾ ਅਨੁਛੇਦ ਕੀ ਕਹਿੰਦਾ ਹੈ, ਤਦ ਆਪਾਂ ਦੇਖਾਂਗੇ ਜਦੋਂ ਅਨੁਛੇਦ 20 ਅਤੇ 21 ਦੇ ਵਿੱਚ ਕੀ ਗੱਲ ਹੋ ਰਹੀ ਹੈ ਕਿ ਜੋ ਕਿ ਐਮਰਜੈਂਸੀ ਦੇ ਵਿੱਚ ਵੀ ਇਹ ਨਿਰਸਤ ਨਹੀਂ ਕੀਤੇ ਜਾਂਦੇ। ਇਸ ਤੋਂ ਇਲਾਵਾ ਜਿਹੜੇ ਆਪਾਂ ਮੂਲ ਅਧਿਕਾਰ ਦੀ ਗੱਲ ਕੀਤੀ ਹੁਣੇ 12 ਤੋਂ 35 ਤੱਕ, ਜਿਹੜੇ ਤਾਂ ਭਾਰਤੀ ਹਨ, ਭਾਰਤੀਆਂ ਨੂੰ ਤਾਂ ਸਾਰੇ ਅਧਿਕਾਰ ਮਿਲਦੇ ਹਨ, ਜੋ ਇੰਡੀਅਨ ਸਿਟੀਜ਼ਨ ਹੈ ਉਹਨੂੰ ਸਾਰੇ ਮੌਲਿਕ ਅਧਿਕਾਰ ਉਹ ਇੰਜੋਏ ਕਰ ਸਕਦਾ ਹੈ, ਪਰੰਤੂ ਜਿਹੜੇ ਫੋਰਨਰ ਹਨ ਉਹਨਾਂ ਨੂੰ ਕੁਛ ਹੀ ਰਾਈਟ ਦਿੱਤੇ ਗਏ ਹਨ, ਜਿਵੇਂ ਕਿ ਆਰਟੀਕਲ 20, 21 ਐਂਡ 22। ਯਾਨੀ ਵਿਦੇਸ਼ੀਆਂ ਦੀ ਜੇ ਆਪਾਂ ਮੂਲ ਅਧਿਕਾਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ 3 ਅਧਿਕਾਰ ਦਿੱਤੇ ਗਏ ਹਨ, ਅਨੁਛੇਦ 20 'ਚ ਆਉਂਦੇ ਜਿਹੜੇ ਅਧਿਕਾਰ, ਅਨੁਛੇਦ 21 ਵਾਲੇ ਅਧਿਕਾਰ ਅਤੇ ਅਨੁਛੇਦ 22 ਵਾਲੇ ਅਧਿਕਾਰ। ਵਿਦੇਸ਼ੀਆਂ ਨੂੰ ਸਾਰੇ ਅਧਿਕਾਰ ਪ੍ਰਾਪਤ ਨਹੀਂ ਹਨ।
ਹੁਣ ਆਪਾਂ ਵਨ ਬਾਏ ਵਨ ਸਾਰਾ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਰਾਈਟ ਟੂ ਇਕੁਐਲਿਟੀ, ਜਿਹਨੂੰ ਕਿ ਸਮਤਾ ਦਾ ਅਧਿਕਾਰ ਕਹਿੰਦੇ ਹਾਂ, ਜਾਂ ਆਪਾਂ ਹਿੰਦੀ 'ਚ ਕਹੀਏ ਤਾਂ ਸਮਾਨਤਾ ਦਾ ਅਧਿਕਾਰ ਕਹਿੰਦੇ ਹਾਂ। ਇਹ ਆਪਣੇ ਭਾਰਤੀ ਸੰਵਿਧਾਨ ਦੇ ਅਨੁਛੇਦ 14 ਤੋਂ ਲੈ ਕੇ 18 ਤੱਕ ਆਉਂਦੇ ਹਨ। ਹੁਣ ਆਪਾਂ ਅਨੁਛੇਦ ਵਾਈਜ਼ ਪੜ੍ਹਾਂਗੇ। ਸਭ ਤੋਂ ਪਹਿਲਾਂ ਦੇਖਾਂਗੇ ਅਨੁਛੇਦ 14 ਕੀ ਕਹਿੰਦਾ ਹੈ। ਅਨੁਛੇਦ 14 ਕਹਿੰਦਾ ਹੈ ਇਕੁਐਲਿਟੀ ਬਿਫੋਰ ਲਾ, ਮਤਲਬ ਕਾਨੂੰਨੀ ਸਮਤਾ। ਇਸਦਾ ਮਤਲਬ ਇਹ ਹੈ ਕਿ ਪ੍ਰਤੇਕ ਵਿਅਕਤੀ ਕਾਨੂੰਨ ਦੀ ਨਿਗਾਹ ਦੇ ਵਿੱਚ ਬਰਾਬਰ ਹੈ, ਚਾਹੇ ਕੋਈ ਵੀ ਵਿਅਕਤੀ ਅਮੀਰ ਹੈ ਗਰੀਬ ਹੈ, ਜਿਹੜੇ ਮਰਜ਼ੀ ਪੋਸਟ 'ਤੇ ਹੋਵੇ, ਚਾਹੇ ਬੇਰੁਜ਼ਗਾਰ ਹੋਵੇ, ਚਾਹੇ ਮਹਿਲਾ ਹੋਵੇ ਚਾਹੇ ਪੁਰਸ਼ ਹੋਵੇ, ਕਿਹੜੀ ਵੀ ਜਾਤੀ ਦਾ ਹੋਵੇ, ਕਿਹੜੇ ਵੀ ਧਰਮ ਦਾ ਹੋਵੇ, ਕਾਨੂੰਨ ਦੀ ਨਿਗਾਹ ਦੇ ਵਿੱਚ ਹਰ ਬੰਦਾ ਸਮਾਨ ਹੈ। ਇਹ ਆਪਾਂ ਨੂੰ ਅਨੁਛੇਦ 14 ਕਹਿੰਦਾ ਹੈ। ਫਿਰ ਗੱਲ ਕਰਦੇ ਹਾਂ ਅਨੁਛੇਦ 15 ਦੀ। ਇਹ ਕੀ ਕਹਿੰਦਾ ਹੈ, ਪ੍ਰੋਹਿਬਿਸ਼ਨ ਆਫ ਡਿਸਕ੍ਰਿਮੀਨੇਸ਼ਨ ਔਨ ਗਰਾਊਂਡਸ ਆਫ ਰਿਲੀਜਨ, ਰੇਸ, ਕਾਸਟ, ਸੈਕਸ ਔਰ ਪਲੇਸ ਆਫ ਬਰਥ। ਮਤਲਬ ਜਾਤ, ਲਿੰਗ, ਧਰਮ, ਨਸਲ ਦੇ ਆਧਾਰ 'ਤੇ ਵਿਤਕਰੇ ਤੋਂ ਮਨਾਹੀ ਕੀਤੀ ਗਈ ਹੈ। ਇਸ ਤੋਂ ਭਾਵ ਇਹ ਹੈ ਕਿ ਭਾਰਤੀ ਨਾਗਰਿਕ, ਕੋਈ ਵੀ ਭਾਰਤੀ ਨਾਗਰਿਕ ਹੋਵੇ, ਉਹਦੇ ਜਨਮ ਤੋਂ, ਜਨਮ ਦੇ ਸਥਾਨ ਤੋਂ, ਧਰਮ ਤੋਂ, ਉਹਦੀ ਜਾਤ ਤੋਂ, ਉਹਦੇ ਜੈਂਡਰ ਤੋਂ ਜਾਂ ਉਹਦੇ ਨਸਲ ਜਾਂ ਰੰਗ ਤੋਂ ਭੇਦਭਾਵ ਨਹੀਂ ਕੀਤਾ ਜਾਵੇਗਾ। ਜੇ ਕੋਈ ਕਿਸੇ ਦੇ ਨਸਲ, ਰੰਗ ਜਾਂ ਧਰਮ ਜਾਂ ਜਾਤ ਦਾ ਮਜ਼ਾਕ ਉਡਾਵੇ ਤਾਂ ਉਹਨੂੰ ਔਰ ਜੇਕਰ ਕੋਈ ਵਿਅਕਤੀ ਕਿਸੇ ਦੇ ਮੌਲਿਕ ਅਧਿਕਾਰਾਂ ਦਾ ਹਨਨ ਕਰਦਾ ਹੈ ਤਾਂ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ, ਜੋ ਕਿ ਆਪਾਂ ਹਾਲੇ ਨੈਕਸਟ ਵਾਲੀ ਸਲਾਈਡ 'ਚ ਪੜ੍ਹਾਂਗੇ, ਜੋ ਕਿ ਆਰਟੀਕਲ 32 ਦੇ ਅੰਡਰ ਆਵੇਗਾ। ਹੁਣ ਆਪਾਂ ਗੱਲ ਕਰਦੇ ਹਾਂ ਅਨੁਛੇਦ 16 ਦੀ। ਅਨੁਛੇਦ 16 ਕਹਿੰਦਾ ਹੈ ਇਕੁਐਲਿਟੀ ਆਫ ਓਪਰਚੁਨਿਟੀ ਇਨ ਮੈਟਰਸ ਆਫ ਪਬਲਿਕ ਇੰਪਲੋਇਮੈਂਟ, ਯਾਨੀ ਰੋਜ਼ਗਾਰ ਸੰਬੰਧੀ ਸਮਾਨਤਾ। ਆਪਣਾ ਭਾਰਤ ਸੰਵਿਧਾਨ ਕਹਿੰਦਾ ਹੈ ਕੋਈ ਵੀ ਵਿਅਕਤੀ ਹੈ, ਕੋਈ ਵੀ ਨਾਗਰਿਕ ਹੈ, ਉਸ ਨੂੰ ਰੋਜ਼ਗਾਰ ਸੰਬੰਧੀ ਸਮਾਨਤਾ ਦਿੱਤੀ ਗਈ ਹੈ। ਪ੍ਰਤੇਕ ਬੰਦੇ ਨੂੰ ਲੀਗਲ ਰੋਜ਼ਗਾਰ ਕਰਨ ਦਾ ਅਧਿਕਾਰ ਹੈ, ਕੋਈ ਵੀ ਬੰਦਾ ਕਿਤੇ ਵੀ ਜਾ ਕੇ ਆਪਣਾ ਰੋਜ਼ਗਾਰ ਕਰ ਸਕਦਾ ਹੈ। ਕਿਸੇ ਵੀ ਵਿਅਕਤੀ ਨੂੰ ਐਂ ਨਹੀਂ ਹੈਗਾ ਇੱਕ ਨੂੰ ਤਾਂ ਆਪਾਂ ਸਬਸਿਡੀ ਜ਼ਿਆਦਾ ਦੇ ਰਹੇ ਹਾਂ, ਇੱਕ ਨੂੰ ਸਬਸਿਡੀ ਘੱਟ ਦੇ ਰਹੇ ਹਾਂ, ਸੇਮ ਪ੍ਰਪੋਰਸ਼ਨ 'ਤੇ ਸੇਮ ਸਬਸਿਡੀ ਦਿੱਤੀ ਜਾਵੇਗੀ ਔਰ ਪ੍ਰਤੇਕ ਵਿਅਕਤੀ ਰੋਜ਼ਗਾਰ 'ਤੇ ਸਮਾਨ ਹੀ ਟੈਕਸ ਕੱਟਿਆ ਜਾਵੇਗਾ। ਇਨਕਮ ਦੇ ਹਿਸਾਬ 'ਤੇ ਸਮਾਨ ਟੈਕਸ ਕੱਟਿਆ ਜਾਵੇਗਾ। ਐਂ ਨਹੀਂ ਹੈਗਾ ਕਿ ਦੋ ਬੰਦੇ ਹਨ, ਦੋਨਾਂ ਦੀ ਇਨਕਮ ਸੇਮ ਹੈ, ਪਰੰਤੂ ਟੈਕਸ ਆਪਾਂ ਇੱਕ ਤੋਂ ਵੱਧ ਲੈ ਰਹੇ, ਇੱਕ ਤੋਂ ਘੱਟ ਲੈ ਰਹੇ ਹਾਂ। ਤਾਂ ਇਸ ਕਰਕੇ ਆਪਾਂ ਨੇ ਰੋਜ਼ਗਾਰ ਸੰਬੰਧੀ ਜਿਹੜੀ ਸਮਾਨਤਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੇ ਕੋਈ ਬੰਦਾ ਨੌਕਰੀ ਲਈ ਅਪਲਾਈ ਕਰਦੇ ਹਨ ਤਾਂ ਉੱਥੇ ਵੀ ਉਹਨੂੰ ਸਮਾਨ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਜੇ ਕੋਈ ਰਿਜ਼ਰਵ ਕੈਟੇਗਰੀ 'ਚ ਆਉਂਦਾ ਉਹ ਅਲੱਗ ਗੱਲ ਹੈ, ਉਸ ਹਿਸਾਬ ਨਾਲ ਦੇਖਿਆ ਜਾਵੇਗਾ। ਜੇ ਕੋਈ ਇਕੁਅਲ ਲੈਵਲ 'ਤੇ ਆਉਂਦੇ ਹਨ ਤਾਂ ਉਹਨਾਂ ਨੂੰ ਸਮਾਨ ਰੱਖਿਆ ਜਾਵੇਗਾ, ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਵੇਗਾ। ਹੁਣ ਆਪਾਂ ਗੱਲ ਕਰਦੇ ਆਰਟੀਕਲ 17 ਦੀ। ਆਰਟੀਕਲ 17 ਕਹਿੰਦਾ ਅਬੋਲਿਸ਼ ਆਫ ਅਨਟੱਚੇਬਿਲਟੀ, ਮਤਲਬ ਛੂਤ ਛਾਤਾ ਅਗੰਤ। ਪਹਿਲਾਂ ਕੀ ਹੁੰਦਾ ਸੀਗਾ, ਸੰਵਿਧਾਨ ਬਣਨ ਤੋਂ ਪਹਿਲਾਂ ਛੂਆ ਛੂਤ ਦਾ ਬਹੁਤ ਬੋਲਬਾਲਾ ਸੀਗਾ। ਜਿਹੜੇ ਆਪਾਂ ਲੋਕ ਆਪਾਂ ਸ਼ਬਦ ਵਰਤਦੇ ਸੀ ਦਲਿਤ, ਤਾਂ ਇਹ 'ਚ ਕੀ ਹੁੰਦਾ ਸੀ, ਆਪਾਂ ਇਹਨਾਂ ਲੋਕਾਂ ਨਾਲ ਕਾਫੀ ਭੇਦਭਾਵ ਰੱਖਦੇ ਸਨ।
ਜਿਹੜੇ ਉੱਚ ਜਾਤੀ ਲੋਕ ਹਨ ਉਹ ਇਹਨਾਂ ਨੂੰ ਛੂਤ ਸਮਝਦੇ ਸਨ, ਇਹਨਾਂ ਨੂੰ ਘਰ 'ਚ ਅੰਦਰ ਐਂਟਰ ਨਹੀਂ ਕਰਨ ਦੇਣਾ, ਮੰਦਿਰ ਮਸਜਿਦ ਗੁਰਦੁਆਰੇ ਚਰਚ ਦੇ ਵਿੱਚ ਨਹੀਂ ਜਾਣ ਦੇਣਾ, ਖੂਹ ਦੇ ਵਿੱਚੋਂ ਪਾਣੀ ਭਰਨ ਦੀ ਮਨਾਹੀ ਕਰਨਾ, ਪਬਲਿਕ ਪਲੇਸ ਦੇ ਵਿੱਚ ਇਹਨਾਂ ਨੂੰ ਦੂਰ ਰੱਖਣਾ। ਪਰੰਤੂ ਜਦੋਂ ਆਪਣੇ ਸੰਵਿਧਾਨ ਅਨੁਰਾਤਾ ਨੇ ਇਸ 'ਤੇ ਵਿਚਾਰਿਆ ਤਾਂ ਉਹਨਾਂ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈਗੀ ਹੈ ਕਿ ਇਸ ਚੀਜ਼ ਦਾ ਅੰਤ ਕਰ ਦਿੱਤਾ ਗਿਆ ਹੈ, ਅਬੋਲਿਸ਼ਨ ਕਰ ਦਿੱਤੀ ਗਈ ਹੈ। ਉਹਦੇ ਨਾਲ ਕੀ ਹੋਇਆ ਕਿ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਕਿਸੇ ਵੀ ਵਿਅਕਤੀ ਨਾਲ ਛੂਆਛੂਤ ਵਾਲਾ ਨਹੀਂ ਕੀਤਾ ਜਾਵੇਗਾ, ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾਵੇਗਾ। ਹੁਣ ਆਪਾਂ ਗੱਲ ਕਰਦੇ ਹਾਂ ਆਰਟੀਕਲ 18 ਦੀ, ਜਿਹੜਾ ਕਹਿੰਦਾ ਅਬੋਲਿਸ਼ਨ ਆਫ ਟਾਈਟਲਸ। ਟਾਈਟਲਸ ਕੀ ਹੁੰਦੇ? ਟਾਈਟਲਸ ਹੁੰਦੇ ਉਪਾਧੀਆਂ, ਤਾਂ ਅਨੁਛੇਦ 18 ਦੇ ਤਹਿਤ ਉਪਾਧੀਆਂ ਦਾ ਅੰਤ ਕੀਤਾ ਗਿਆ ਹੈ। ਉਪਾਧਿਆ ਕੀ ਹਨ? ਉਪਾਧਿਆ ਸਨ ਜੋ ਕਿ ਪਹਿਲਾਂ ਰਾਜੇ ਮਹਾਰਾਜੇ ਦਿੰਦੇ ਸਨ ਜਾਂ ਸਰਕਾਰਾਂ ਦਿੰਦੀਆਂ ਸਨ, ਜਿਵੇਂ ਕਿ ਬ੍ਰਿਟਿਸ਼ ਸਰਕਾਰ ਦਿੰਦੀ ਸਨ, ਤਾਂ ਉਹਨਾਂ ਦਾ ਸਾਰਾ ਦਾ ਅੰਤ ਕਰ ਦਿੱਤਾ ਹੈ। ਜਿਵੇਂ ਸ਼੍ਰੀ ਰਵਿੰਦਰ ਨਾਥ ਟੈਗੋਰ ਜੀ ਨੂੰ ਸਰ ਦੀ ਉਪਾਧੀ ਦਿੱਤੀ ਗਈ ਸੀ, ਗਾਂਧੀ ਨੂੰ ਮਹਾਤਮਾ ਦੀ ਉਪਾਧੀ ਕੀਤੀ ਗਈ ਸੀ। ਇਸੇ ਤਰ੍ਹਾਂ ਜੇ ਆਪਾਂ ਪੁਰਾਣੇ ਰਾਜਾ ਮਹਾਰਾਜ ਦੀ ਗੱਲ ਕਰੀਏ, ਉਹ ਆਪਣੇ ਆਪਣੇ ਉਪਾਧੀਆਂ ਦਿੰਦੇ ਸਨ, ਮਨਸਬਦਾਰ ਬਣਾਉਂਦੇ ਸਨ, ਵਜ਼ੀਰ ਬਣਾਉਂਦੇ ਸਨ, ਇਹ ਟਾਈਟਲ ਹੁੰਦੇ ਹਨ। ਪਰੰਤੂ ਜਦੋਂ ਆਪਣਾ ਸੰਵਿਧਾਨ ਬਣਿਆ ਤਾਂ ਉਸ ਸਮੇਂ ਇਹ ਕਿਹਾ ਗਿਆ ਕਿ ਕਿਸੇ ਵੀ ਬੰਦੇ ਕੋਲ ਕਿਸੇ ਵੀ ਤਰ੍ਹਾਂ ਦੀ ਉਪਾਧੀ ਨਹੀਂ ਰਹੇਗੀ, ਨਾ ਹੀ ਕੋਈ ਸਰਕਾਰ ਕਿਸੇ ਨੂੰ ਉਪਾਧੀ ਦੇਵੇਗੀ। ਇਸ ਦੇ ਵਿੱਚ ਇੱਕ ਕਲੋਜ਼ ਹੋਰ ਜੁੜਿਆ ਗਿਆ, ਉਪਾਧੀ ਸਿਰਫ ਅਕੈਡਮਿਕ ਅਤੇ ਮਿਲਟਰੀ ਲੈਵਲ 'ਤੇ ਮਿਲੇਗੀ। ਅਕੈਡਮਿਕ ਉਪਾਧੀਆਂ ਕਿਹੜੀਆਂ ਹਨ? ਜਿਵੇਂ ਕੋਈ ਡਾਕਟਰੇਟ ਕਰਦਾ ਹੈ ਤਾਂ ਆਪਣੇ ਨਾਮ ਦੇ ਕੇ ਡਾਕਟਰ ਲਗਾ ਸਕਦੇ ਹਨ, ਇੰਜੀਨੀਅਰਿੰਗ ਕਰਦਾ ਹੈ ਤਾਂ ਇੰਜੀਨੀਅਰਿੰਗ ਵਾਲੇ ER ਲਗਾ ਸਕਦੇ ਹਨ। ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਮਿਲਟਰੀ ਵਾਲੀ, ਤਾਂ ਉਹ ਆਪਣੇ ਰੈਂਕ ਦੇ ਹਿਸਾਬ ਨਾਲ ਆਪਣੀ ਉਪਾਧੀ ਟਾਈਟਲ ਲਗਾ ਸਕਦੇ ਹਨ, ਜਿਵੇਂ ਕਰਨਲ ਹੋ ਗਿਆ, ਬ੍ਰਿਗੇਡੀਅਰ ਹੋ ਗਿਆ, ਜਨਰਲ ਹੋ ਗਿਆ। ਤਾਂ ਹੁਣ ਗੱਲ ਕਰੀਏ ਤਾਂ ਅਕੈਡਮਿਕ ਅਤੇ ਮਿਲਟਰੀ ਛੱਡ ਕੇ ਹੋਰ ਕਿਸੇ ਵੀ ਉਪਾਧੀ ਨੂੰ ਕੋਈ ਵੀ ਭਾਰਤੀ ਨਾਗਰਿਕ ਸਵੀਕਾਰ ਨਹੀਂ ਕਰੇਗਾ। ਜੇਕਰ ਕੋਈ ਭਾਰਤੀ ਨਾਗਰਿਕ ਕਿਸੇ ਬਾਹਰਲੀ ਉਪਾਧੀ ਨੂੰ ਸਵੀਕਾਰ ਕਰਦਾ ਹੈ ਤਾਂ ਉਹਨੂੰ ਪਹਿਲਾਂ ਇਸ ਦੀ ਸੂਚਨਾ ਸਰਕਾਰ ਨੂੰ ਦੇਵੇ ਪਵੇਗੀ ਅਤੇ ਸਰਕਾਰ ਤੋਂ ਪਹਿਲਾਂ ਮਨਜ਼ੂਰੀ ਲੈਣੀ ਪਵੇਗੀ। ਜੇਕਰ ਸਰਕਾਰ ਉਸ ਦਾ ਮਨਜ਼ੂਰੀ ਦਿੰਦੀ ਹੈ ਤਾਂ ਹੀ ਉਹ ਟਾਈਟਲ ਰੱਖ ਸਕਦਾ ਹੈ, ਅਦਰਵਾਈਜ਼ ਇਹ ਟਾਈਟਲ ਨੂੰ ਬਿਲਕੁਲ ਹੀ ਅਬੋਲਿਸ਼ ਕਰ ਦਿੱਤਾ ਗਿਆ ਹੈ। ਨੈਕਸਟ ਆਪਾਂ ਗੱਲ ਕਰਾਂਗੇ ਰਾਈਟ ਟੂ ਫਰੀਡਮ ਦੀ। ਫਰੀਡਮ ਹੁੰਦਾ ਸੁਤੰਤਰਤਾ, ਸੁਤੰਤਰਤਾ ਦਾ ਅਧਿਕਾਰ ਹੁਣ ਸ਼ੁਰੂ ਹੁੰਦਾ ਆਪਣਾ, ਜੋ ਕਿ ਆਰਟੀਕਲ 19 ਤੋਂ ਲੈ ਕੇ 22 ਤੱਕ ਆਉਂਦਾ ਹੈ। 19 ਕੀ ਕਹਿੰਦਾ ਹੈ? 19 ਕਹਿੰਦਾ ਹੈ ਪ੍ਰੋਟੈਕਸ਼ਨ ਆਫ ਸਰਟਨ ਰਾਈਟਸ ਰਿਗਾਰਡਿੰਗ ਫਰੀਡਮ ਆਫ ਸਪੀਚ, ਮਤਲਬ ਬੋਲਣ ਦੀ ਸੁਤੰਤਰਤਾ। ਬੋਲਣਾ ਮਤਲਬ ਆਪਣੀ ਗੱਲ ਨੂੰ ਕਹਿਣਾ, ਆਪਣੀ ਗੱਲ ਰੱਖਣੀ, ਆਪਣੇ ਮੁੱਦੇ ਰੱਖਣਾ। ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਆਪਾਂ ਕੋਲ ਬੋਲਣ ਦੀ ਸੁਤੰਤਰਤਾ ਨਹੀਂ ਸੀ। ਆਪਾਂ ਜੇ ਕੋਈ ਆਪਣੀ ਕੋਈ ਗੱਲ ਕਹਿਣੀ ਚਾਹੁੰਦੇ ਸੀ ਤਾਂ ਆਪਾਂ ਗੱਲ ਨਹੀਂ ਕਹਿ ਸਕਦੇ ਸੀ, ਕਿਉਂਕਿ ਆਪਣੀ ਸੁਣਵਾਈ ਨਹੀਂ ਸੀ। ਉਸ ਟਾਈਮ ਬ੍ਰਿਟਿਸ਼ ਸਰਕਾਰ ਦਾ ਰਾਜ ਸੀਗਾ, ਔਰ ਜੇ ਉਸ ਤੋਂ ਪਿੱਛੇ ਚੱਲੀਏ ਤਾਂ ਮੁਗਲਾਂ ਦਾ ਰਾਜ ਸੀਗਾ, ਉਸ ਤੋਂ ਪਿੱਛੇ ਚੱਲੀਏ ਤਾਂ ਸਾਰਾ ਦਿੱਲੀ ਸਲਤਨਤ ਦਾ ਰਾਜ ਸੀਗਾ। ਤਾਂ ਉੱਥੇ ਕੀ ਆਮ ਬੰਦੇ 'ਚ ਸੁਣਵਾਈ ਕੋਈ ਨਹੀਂ ਸੀ, ਕੋਈ ਉਹਦੀ ਗੱਲ ਨਹੀਂ ਸੁਣਦਾ ਸੀਗਾ। ਅਤੇ ਜਦੋਂ ਸੰਵਿਧਾਨ ਬਣਿਆ ਤਾਂ ਉੱਥੇ ਸਭ ਤੋਂ ਪਹਿਲਾਂ ਗੱਲ ਲਿਖੀ ਗਈ ਕਿ ਬੋਲਣ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ। ਬੋਲਣ ਦਾ ਮਤਲਬ ਆਪਾਂ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਉਹ ਗੱਲ ਕਿਵੇਂ ਕਹਾਂਗੇ? ਗੱਲ ਆਪਾਂ ਇਕੱਠ 'ਚ ਕਹਾਂਗੇ, ਸ਼ਾਂਤੀਪੂਰਵਕ ਇਕੱਠ ਕਰ ਸਕਦੇ ਹਾਂ, ਯੂਨੀਅਨ ਬਣਾ ਸਕਦੇ ਹਾਂ, ਆਵਾਜਾਈ ਕਰ ਸਕਦੇ ਹਾਂ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਸਕਦੇ ਹਾਂ,
ਆਪਣੀ ਕਮਿਊਨੀਕੇਸ਼ਨ ਦੇ ਹਿਸਾਬ ਨਾਲ, ਔਰ ਬਸੇਰਾ ਕਰ ਸਕਦੇ ਹਾਂ, ਕਿੱਤਾ ਕਰ ਸਕਦੇ ਹਾਂ। ਤਾਂ ਆਪਾਂ ਨੂੰ ਇਹ ਸਾਰੇ ਸੁਤੰਤਰਤਾ ਇਸ ਦੇ ਅੰਡਰ ਦਿੱਤੇ ਗਏ ਹਨ ਕਿ ਆਪਾਂ ਸ਼ਾਂਤੀਪੂਰਵਕ ਇਕੱਠ ਕਰ ਸਕਦੇ ਹਾਂ। ਜੇ ਮੈਂ ਧਰਨਾ ਲਗਾਉਂਦੇ ਹਾਂ ਤਾਂ ਸ਼ਾਂਤੀਪੂਰਵਕ ਧਰਨਾ ਲਗਾ ਸਕਦੇ ਹਾਂ, ਆਪਣੀ ਯੂਨੀਅਨ ਬਣਾ ਸਕਦੇ ਹਾਂ ਤਾਂ ਯੂਨੀਅਨ ਦੇ ਬੇਸ 'ਤੇ ਆਪਾਂ ਆਪਣੀ ਗੱਲ ਕਰ ਸਕਦੇ ਹਾਂ। ਇਸ ਤੋਂ ਇਲਾਵਾ ਆਪਾਂ ਪੂਰੇ ਭਾਰਤ ਦੇ ਵਿੱਚ ਆਵਾਜਾਈ ਕਰ ਸਕਦੇ ਹਾਂ, ਸਾਨੂੰ ਕੋਈ ਵੀ ਰੋਕ ਨਹੀਂ ਹੈ। ਪੂਰੇ ਭਾਰਤ ਦੇ ਵਿੱਚ ਕਿਤੇ ਵੀ ਕੋਨੇ ਦੇ ਵਿੱਚ ਆਪਾਂ ਬਸੇਰਾ ਕਰ ਸਕਦੇ ਹਾਂ, ਕਿਤੇ ਵੀ ਕੋਨੇ ਦੇ ਵਿੱਚ ਆਪਾਂ ਕੋਈ ਵੀ ਕਿੱਤਾ ਕਰ ਸਕਦੇ ਹਾਂ ਜੋ ਕਿ ਕਿੱਤਾ ਲੀਗਲੀ ਹੋਵੇ, ਜੋ ਕਾਨੂੰਨ ਦੀ ਨਜ਼ਰਾਂ ਦੇ ਵਿੱਚ ਗੈਰ ਕਾਨੂੰਨੀ ਨਾ ਹੋਵੇ, ਕਾਨੂੰਨੀ ਹੋਵੇ। ਅਗਲਾ ਆਉਂਦਾ ਜੀ ਅਨੁਛੇਦ ਵੀਹ। ਅਨੁਛੇਦ ਵੀਹ ਕਹਿੰਦਾ ਹੈ ਪ੍ਰੋਟੈਕਸ਼ਨ ਇਨ ਰਿਸਪੈਕਟ ਆਫ ਕਨਵੈਨਸ਼ਨ ਫੋਰ ਓਫੈਂਸਿਸ। ਹੁਣ ਅਨੁਛੇਦ ਵੀਹ ਦੀ ਗੱਲ ਕਰਦੇ ਹਾਂ। ਇਹ ਆਪਾਂ ਪਹਿਲਾਂ ਪੜ੍ਹਿਆ ਸੀ ਕਿ ਐਮਰਜੈਂਸੀ ਵੇਲੇ ਅਨੁਛੇਦ ਵੀਹ ਅਤੇ ਇੱਕੀ ਰੱਦ ਨਹੀਂ ਹੁੰਦੇ ਹਨ। ਹੁਣ ਜਦ ਆਪਾਂ ਪੜ੍ਹਾਂਗੇ ਫਿਰ ਪਤਾ ਲੱਗੂਗਾ ਇਹ ਰੱਦ ਕਿਉਂ ਨਹੀਂ ਹੁੰਦੇ ਹਨ। ਅਨੁਛੇਦ ਵੀਹ ਹੈਗਾ ਦੋ ਸਿੱਧੇ ਅਧਿਕਾਰ। ਦੋ ਸਿੱਧੇ ਕੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਆਪਣੇ ਵਿਰੁੱਧ ਹੀ ਗਵਾਹੀ ਦੇਣ ਲਈ ਉਕਸਾਇਆ ਨਹੀਂ ਜਾਵੇਗਾ, ਜੋ ਕਿ ਪੁਰਾਣੇ ਸਮਾਜ ਦੇ ਵਿੱਚ ਹੁੰਦਾ ਰਿਹਾ ਸੀਗਾ ਆਜ਼ਾਦੀ ਤੋਂ ਪਹਿਲਾਂ। ਤਾਂ ਉਹ ਕੰਮ ਆਜ਼ਾਦੀ ਤੋਂ ਬਾਅਦ ਵੀ ਬੰਦ ਕਰ ਦਿੱਤਾ ਗਿਆ ਕਿ ਕੋਈ ਵੀ ਬੰਦਾ ਆਪਣੇ ਹੀ ਵਿਰੁੱਧ ਹੀ ਗਵਾਹੀ ਨਹੀਂ ਦੇ ਸਕਦਾ। ਇਸ ਤੋਂ ਇਲਾਵਾ ਜੇ ਕਿਸੇ ਨੂੰ ਕਿਸੇ ਅਪਰਾਧ ਦੀ ਸਜ਼ਾ ਦੇਣੀ ਹੈ ਤਾਂ ਇੱਕ ਅਪਰਾਧ ਦੀ ਸਜ਼ਾ ਇੱਕ ਵਾਰ ਹੀ ਮਿਲੇਗੀ, ਦੂਸਰੀ ਸਜ਼ਾ ਤਦ ਮਿਲੇਗੀ ਜਾਂ ਦੂਸਰੀ ਵਾਰ ਅਪਰਾਧ ਕਰੇਗਾ। ਅਦਰਵਾਈਜ਼ ਇੱਕ ਅਪਰਾਧ ਦੀ ਸਜ਼ਾ ਇੱਕ ਵਾਰੀ ਮਿਲੇਗੀ ਔਰ ਅਪਰਾਧ ਦੀ ਸਜ਼ਾ ਸਮੇਂ ਦੇ ਅਨੁਸਾਰ ਮਿਲੇਗੀ। ਸਮੇਂ ਦੇ ਅਨੁਸਾਰ ਮਤਲਬ ਜਿਸ ਸਮੇਂ ਦੇ ਵਿੱਚ ਕ੍ਰਾਈਮ ਹੋਇਆ ਹੈ ਤਾਂ ਉਸ ਸਮੇਂ ਉਸ ਕ੍ਰਾਈਮ ਦੀ ਕੀ ਸਜ਼ਾ ਬਣਦੀ ਹੈ ਉਹੀ ਦਿੱਤੀ ਜਾਵੇਗੀ, ਚਾਹੇ ਕਿ ਫੈਸਲਾ ਕ੍ਰਾਈਮ ਹੋਣ ਤੋਂ ਦੋ ਚਾਰ ਪੰਜ ਸਾਲ ਬਾਅਦ ਆਵੇ। ਇੱਕ ਉਦਾਹਰਨ ਤੁਹਾਨੂੰ ਦੱਸ ਦਿੰਦੇ ਹਾਂ, ਜਿਵੇਂ ਸਮਝ ਲਓ ਕੋਈ ਕ੍ਰਾਈਮ ਹੋਇਆ 2019 ਦੇ ਵਿੱਚ, ਕਿਸੇ ਨੇ ਸਮਝ ਲਓ ਚੋਰੀ ਕਰ ਲਈ, ਡਾਕਾ ਪਾ ਲਿਆ ਬੈਂਕ ਦੇ ਵਿੱਚ, ਡਾਕਾ ਪਾ ਲਿਆ, ਡਾਕਾ ਮਾਰਨ ਤੋਂ ਬਾਅਦ ਕੀ ਹੋਇਆ ਬੰਦੇ ਫੜੇ ਗਏ। ਤਾਂ ਡਾਕਾ ਮਾਰਿਆ ਉਹਨੇ ਜੂਨ 2019 ਦੇ ਵਿੱਚ, ਪਰੰਤੂ ਉਸ ਤੋਂ ਬਾਅਦ ਉਹ ਫੜੇ ਗਏ, ਉਹਨਾਂ ਟ੍ਰਾਇਲ ਸ਼ੁਰੂ ਹੋ ਗਿਆ, ਮੁਕੱਦਮਾ ਚੱਲਣ ਲੱਗ ਗਿਆ, ਸਜ਼ਾ ਮਿਲਦੇ ਮਿਲਦੇ ਉਹਨਾਂ ਨੂੰ 2 ਸਾਲ ਬੀਤ ਗਏ, ਸਜ਼ਾ ਮਿਲੀ ਉਹਨਾਂ ਨੂੰ ਜੂਨ 2021 ਦੇ ਵਿੱਚ। ਹੁਣ ਜੇ ਆਪਾਂ ਸਜ਼ਾ ਦੀ ਗੱਲ ਕਰੀਏ, ਜੇ ਫਰਜ਼ ਕਰ ਲਓ ਜੂਨ 2019 ਦੇ ਵਿੱਚ ਜਦੋਂ ਅਪਰਾਧ ਹੋਇਆ ਸੀ ਉਸ ਸਮੇਂ ਸਜ਼ਾ ਸੀਗੀ ਇਹਦੀ 5 ਸਾਲ, ਪਰ ਜੂਨ 2021 ਦੇ ਵਿੱਚ ਸਜ਼ਾ ਕਰ ਦਿੱਤੀ 6 ਸਾਲ। ਪਰੰਤੂ ਜਦੋਂ ਫੈਸਲਾ ਆਊਗਾ ਤਾਂ ਉਹਨੂੰ ਜਿਹੜੀ ਸਜ਼ਾ ਹੋਊਗੀ ਉਹ 6 ਸਾਲ ਨਾ ਹੋ ਕੇ 5 ਸਾਲ ਹੋਊਗੀ, ਕਿਉਂਕਿ ਫੈਸਲਾ ਉਸ ਚੀਜ਼ ਦਾ ਲਿਆ ਜਾ ਰਿਹਾ ਹੈ ਕਿ ਜੋ ਕ੍ਰਾਈਮ 2019 ਦੇ ਵਿੱਚ ਹੋਇਆ ਸੀ ਤਾਂ ਉਸਦੇ ਹਿਸਾਬ ਨਾਲ ਸਮੇਂ ਹਿਸਾਬ ਨਾਲ ਸਜ਼ਾ ਦਿੱਤੀ ਜਾਵੇਗੀ। ਬਾਅਦ ਸਜ਼ਾ ਵੱਧਦੀ ਘੱਟਦੀ ਹੈ ਉਹ ਮੈਟਰ ਨਹੀਂ ਕਰੇਗੀ। ਅਗਲਾ ਹੈਗਾ ਜਿਹੜਾ ਆਪਣਾ ਅਨੁਛੇਦ ਰੱਦ ਨਹੀਂ ਹੁੰਦਾ ਐਮਰਜੈਂਸੀ ਵੇਲੇ, ਉਹ ਹੈਗਾ ਆਰਟੀਕਲ 21। ਇਹ ਹੈਗਾ ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ, ਇਹਨੂੰ ਆਪਾਂ ਕਹਿੰਦੇ ਜੀਣ ਦਾ ਅਧਿਕਾਰ। ਮਤਲਬ ਹਰ ਵਿਅਕਤੀ ਨੂੰ ਜੀਣ ਦਾ ਪੂਰਾ ਪੂਰਾ ਅਧਿਕਾਰ ਹੈ, ਕਿਸੇ ਵਿਅਕਤੀ ਤੋਂ ਉਹਦਾ ਆਪਾਂ ਜੀਵਨ ਨਹੀਂ ਲੈ ਸਕਦੇ, ਕਿਸੇ ਵਿਅਕਤੀ ਦੀ ਆਪਾਂ ਸੁਤੰਤਰਤਾ ਨਹੀਂ ਛੀਨ ਸਕਦੇ। ਹਰ ਵਿਅਕਤੀ ਨੂੰ ਕਾਨੂੰਨ ਦੇ ਸਮਾਨ ਸੁਰੱਖਿਅਤ ਰੱਖਿਆ ਗਿਆ ਹੈ, ਆਪਣਾ ਹਰ ਭਾਰਤੀ ਕਾਨੂੰਨ ਦੇ ਹੇਠਾਂ ਸੁਰੱਖਿਅਤ ਹੈ, ਜਿਸ ਕਰਕੇ ਆਪਣਾ ਨਿਆਂਪਾਲਿਕਾ ਬਣਾਏ ਗਏ ਹਨ। ਔਰ ਇਹਦੇ ਵਿੱਚ ਇੱਕ ਹੋਰ ਐਡ ਕੀਤਾ ਗਿਆ ਜਿਹੜਾ ਇਸਦੇ ਅੰਦਰ ਸਬ ਪੁਆਇੰਟ ਹੈ, ਉਹ ਹੈਗਾ ਰਾਈਟ ਟੂ ਪ੍ਰਾਈਵੇਸੀ, ਜਿਹਨੂੰ ਆਪਾਂ ਨਿੱਜਤਾ ਦਾ ਅਧਿਕਾਰ ਕਹਿੰਦੇ ਹਾਂ।
ਕਿ ਹਰ ਬੰਦੇ ਨੂੰ ਆਪਣੀ ਪ੍ਰਾਈਵੇਸੀ ਮੇਨਟੇਨ ਕਰਨ ਦਾ ਪੂਰਾ ਪੂਰਾ ਅਧਿਕਾਰ ਹੈ, ਚਾਹੇ ਉਹ ਪ੍ਰਾਈਵੇਸੀ ਅਗਲੇ ਦੇ ਘਰ ਨੂੰ ਲੈ ਕੇ ਹੋ ਜਾਵੇ, ਚਾਹੇ ਰੂਮ ਨੂੰ ਲੈ ਕੇ ਹੋ ਜਾਵੇ, ਚਾਹੇ ਉਹਦੇ ਆਰਟੀਕਲ 'ਚ ਮੋਬਾਈਲ ਨੂੰ ਲੈ ਕੇ ਹੋ ਜਾਵੇ, ਚਾਹੇ ਅਗਲੇ ਲੈਪਟੋਪ ਵਗੈਰਾ ਆਰਟੀਕਲਸ ਦੇ ਹਿਸਾਬ ਨਾਲ ਹੋ ਜਾਵੇ, ਤਾਂ ਹਰ ਬੰਦੇ ਨੂੰ ਆਪਣੀ ਪ੍ਰਾਈਵੇਸੀ ਰੱਖਣ ਦਾ ਪੂਰਾ ਪੂਰਾ ਅਧਿਕਾਰ ਹੈ। ਉਹ ਚਾਹੇ ਤਾਂ ਕਿਸੇ ਨਾਲ ਸ਼ੇਅਰ ਕਰੇ, ਚਾਹੇ ਤਾਂ ਸ਼ੇਅਰ ਨਾ ਕਰੇ। ਕੋਈ ਵੀ ਵਿਅਕਤੀ, ਦੂਸਰਾ ਵਿਅਕਤੀ ਜ਼ਬਰਦਸਤੀ ਕਿਸੇ ਦੀ ਲਾਈਫ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦਾ। ਜਿਹੜਾ ਨੈਕਸਟ ਹੈਗਾ, ਇਹ ਹੈ 21 ਦੇ ਅੰਡਰ ਹੀ ਬਣਾਇਆ ਗਿਆ ਸੀਗਾ, ਜੋ ਕਿ 2002 ਦੇ ਵਿੱਚ ਆਇਆ ਸੀਗਾ। ਇਹ ਹੈਗਾ ਰਾਈਟ ਟੂ ਐਜੂਕੇਸ਼ਨ, ਕਿਉਂਕਿ ਰਾਈਟ ਟੂ ਐਜੂਕੇਸ਼ਨ ਪਹਿਲਾਂ ਨਹੀਂ ਸੀਗਾ ਜੋ ਸੰਵਿਧਾਨ ਬਣਿਆ ਸੀਗਾ, ਇਹ 2002 ਦੇ ਵਿੱਚ 86ਵੀਂ ਸੋਧ ਦੇ ਤਹਿਤ ਐਡ ਕੀਤਾ ਗਿਆ ਸੀਗਾ। ਜਦੋਂ ਵੀ ਕੋਈ ਆਰਟੀਕਲ ਐਡ ਹੁੰਦਾ ਹੈ ਤਾਂ ਉਹਨੂੰ ABCD ਨਾਮ ਦਿੱਤਾ ਜਾਂਦਾ ਹੈ। ਇਸ ਕਰਕੇ ਇਹ ਆਪਣੇ ਜੀਵਨ ਦੇ ਅਧਿਕਾਰ ਦੇ ਹੇਠਾਂ ਆਉਂਦਾ ਸੀਗਾ, ਕਿਉਂਕਿ ਪੜ੍ਹਾਈ ਦਾ ਅਧਿਕਾਰ ਵੀ ਜੀਵਨ ਦਾ ਅਧਿਕਾਰ ਹੀ ਹੈ, ਅਤੇ ਉਸਦੇ ਹੇਠਾਂ ਤਾਂ ਇਹਨੂੰ 21A ਦਾ ਨਾਮ ਦਿੱਤਾ ਗਿਆ। ਇਹਦੇ ਤਹਿਤ ਕੀ ਹੋਇਆ, ਇਹਦੇ ਤਹਿਤ ਪ੍ਰਤੇਕ ਬੱਚਾ ਜਿਹੜਾ ਭਾਰਤ ਦਾ ਹੈਗਾ, ਜਿਹਦੀ ਉਮਰ 6 ਤੋਂ 14 ਸਾਲ ਦੇ ਵਿੱਚ ਹੈ, ਉਹ ਕਿਸੇ ਵੀ ਸਕੂਲ ਦੇ ਵਿੱਚ, ਕਿਸੇ ਵੀ ਸਰਕਾਰੀ ਸਕੂਲ ਦੇ ਵਿੱਚ ਜਾਂ ਕਿਸੇ ਵੀ ਸਕੂਲ ਅਜਿਹੇ ਸਕੂਲ ਜਿਸ ਨੂੰ ਸਰਕਾਰ ਵੱਲੋਂ ਰਾਸ਼ੀ ਮਿਲਦੀ ਹੈ, ਸਹਾਇਤਾ ਮਿਲਦੀ ਹੈ, ਅਨੁਦਾਨ ਮਿਲਦਾ ਹੈ, ਉੱਥੇ ਮੁਫਤ ਸਿੱਖਿਆ ਲੈ ਸਕਦਾ ਹੈ। ਉਸਦੀ ਪੜ੍ਹਾਈ ਵਾਸਤੇ ਉਹ ਕੋਲ ਇੱਕ ਪੈਸਾ ਵੀ ਨਹੀਂ ਲਿਆ ਜਾਵੇਗਾ। ਔਰ ਸਰਕਾਰ ਨੇ 2002 ਤੋਂ ਬਾਅਦ ਇੱਕ ਹੋਰ ਪੋਲਿਸੀ ਚਲਾਈ ਸੀ ਜੋ 2009 ਵਿੱਚ ਚੱਲੀ ਸੀ, ਜਿਹਨੂੰ ਆਪਾਂ ਕਹਿੰਦੇ ਹਾਂ ਮਿਡ ਡੇ ਮੀਲ। ਉਹਦੇ ਵਿੱਚ ਇਹ ਕੀ ਹੈ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਦੁਪਹਿਰ ਦਾ ਖਾਣਾ ਵੀ ਦਿੱਤਾ ਜਾਂਦਾ ਹੈ, ਕਿਉਂਕਿ ਇਹ ਦੇਖਿਆ ਗਿਆ ਸੀਗਾ ਜਦੋਂ ਆਪਣਾ ਇੰਪਲੀਮੈਂਟ ਹੋ ਗਿਆ, ਬੱਚੇ ਸਕੂਲ ਆਉਂਦੇ ਨਹੀਂ ਸਨ, ਯਾਨੀ ਮੁਫਤ ਸਿੱਖਿਆ ਹੋਣ ਦੇ ਬਾਵਜੂਦ ਵੀ ਬੱਚੇ ਸਕੂਲ 'ਚ ਪੜ੍ਹਨ ਨਹੀਂ ਆਉਂਦੇ ਸਨ, ਤਾਂ ਸਰਕਾਰ ਨੇ ਦੇਖਿਆ ਕਿ ਬੱਚੇ ਕਿਉਂ ਨਹੀਂ ਆਉਂਦੇ ਹਨ, ਤਾਂ ਪਤਾ ਲੱਗਿਆ ਕਿ ਜਿਹੜੇ ਬੱਚੇ ਹਨ ਉਹ ਆਪਣੇ ਪੇਰੈਂਟਸ ਦੇ ਨਾਲ, ਜਿਹੜੇ ਗਰੀਬ ਬੱਚੇ ਹਨ ਆਪਣੇ ਪੇਰੈਂਟਸ ਨਾਲ ਕੰਮ ਕਾਜ ਕਰਦੇ ਹਨ ਤਾਂ ਕਿ ਰੋਟੀ ਪਾਣੀ ਦਾ ਜੁਗਾੜ ਹੋ ਸਕੇ। ਤਾਂ ਫਿਰ ਸਰਕਾਰ ਨੇ ਕੀ ਕਿਹਾ ਕਿ ਆਪਣੇ ਬੱਚਿਆਂ ਨੂੰ ਸਕੂਲ ਭੇਜੋ ਅਤੇ ਇੱਕ ਟਾਈਮ ਦੀ ਰੋਟੀ ਅਸੀਂ ਦੇਵਾਂਗੇ, ਚਾਹੇ ਉਹ ਫਿਰ ਸਕੂਲੋਂ ਆ ਕੇ ਤੁਹਾਡੇ ਨਾਲ ਕੰਮ 'ਚ ਹੈਲਪ ਕਰਾ ਸਕਦਾ ਹੈ, ਪਰੰਤੂ ਜਿੰਨੇ ਟਾਈਮ ਉਹ ਸਕੂਲ ਦੇ ਟਾਈਮ ਤੁਹਾਡੇ ਨਾਲ ਕੰਮ ਕਰਦਾ ਹੈ ਰੋਟੀ ਵਾਸਤੇ ਕਰਦਾ ਨਾ, ਤਾਂ ਸਕੂਲੇ ਆਵੇ, ਆਪਣੀ ਪੜ੍ਹਾਈ ਕਰੇ ਅਤੇ ਇੱਕ ਟਾਈਮ ਦੀ ਰੋਟੀ ਅਸੀਂ ਦੇਵਾਂਗੇ, ਉਹ ਤੋਂ ਬਾਅਦ ਤੁਹਾਡੇ ਨਾਲ ਆ ਕੇ ਕੰਮ ਕਰ ਸਕਦਾ ਹੈ, ਜਿਹਦੇ ਨਾਲ ਕਿ ਸਕੂਲਾਂ ਦੀ ਇਨਰੋਲਮੈਂਟ ਦੇ ਵਿੱਚ ਕਾਫ਼ੀ ਵਾਧਾ ਹੋਇਆ। ਹੁਣ ਗੱਲ ਕਰਦੇ ਹਾਂ ਅਨੁਛੇਦ 22 ਦੀ। ਅਨੁਛੇਦ 22 ਕੀ ਹੈ? ਪ੍ਰੋਟੈਕਸ਼ਨ ਅਗੇਂਸਟ ਅਰੈਸਟ ਐਂਡ ਡਿਟੈਂਸ਼ਨ ਇਨ ਸਰਟਨ ਕੇਸਿਸ। ਇਹਦਾ ਮਤਲਬ ਕੀ ਹੈ ਕਿ ਜਿਹੜੇ ਗੈਰ ਕਾਨੂੰਨੀ ਗ੍ਰਿਫਤਾਰੀਆਂ, ਇਹਨਾਂ ਤੋਂ ਰੋਕ ਲਗਾਉਣਾ। ਗੈਰ ਕਾਨੂੰਨੀ ਗ੍ਰਿਫਤਾਰੀ ਕਿਹਨੂੰ ਕਹਿ ਸਕਦੇ ਹਨ? ਗੈਰ ਕਾਨੂੰਨੀ ਗ੍ਰਿਫਤਾਰੀਆਂ ਉਹ ਹੁੰਦੀਆਂ ਹਨ ਜਿਹਨੂੰ ਆਪਾਂ ਧੱਕੇਸ਼ਾਹੀ ਕਹਿੰਦੇ ਹਾਂ, ਜੋ ਕਿ ਆਪਣੀ ਆਜ਼ਾਦੀ ਤੋਂ ਪਹਿਲਾਂ ਬਹੁਤ ਹੁੰਦੇ ਸਨ, ਜਾਂ ਫਿਰ ਅੱਤਵਾਦ ਦੇ ਟਾਈਮ ਬਹੁਤ ਹੋਈਆਂ ਕਿ ਨਜਾਇਜ਼ ਹੀ ਪਰਚੇ ਪਾ ਦੇਣੇ, ਨਜਾਇਜ਼ ਹੀ ਕਿਸੇ ਨੂੰ ਫਸਾ ਦੇਣਾ, ਕੋਈ ਵਿਚਾਰਾ ਘਰ ਮਾਤੜ ਬੰਦਾ, ਗਰੀਬ ਬੰਦਾ ਵਿਚਾਰਾ, ਸ਼ਰੀਫ ਬੰਦੇ ਨੂੰ ਖਾੜਕੂ ਸਿੱਧ ਕਰਕੇ ਨੂੰ ਮਾਰ ਦੇਣਾ, ਨਾਮ ਕਿਸੇ ਹੋਰ ਦਾ ਹੋਣਾ ਉਹਦਾ ਕੱਢ ਕੇ ਇਹਦਾ ਪਾ ਦੇਣਾ, ਜਾਂ ਕਿਸੇ ਨੂੰ ਕਾਲੇ ਪਾਣੀ ਸਜ਼ਾ ਦੇ ਦੇਣਾ, ਜਿਵੇਂ ਪਹਿਲਾਂ ਪੋਰਟ ਬਲੇਅਰ ਦੇ ਵਿੱਚ ਬ੍ਰਿਟਿਸ਼ ਟਾਈਮ ਭੇਜੇ ਜਾਂਦੇ ਸਨ। ਤਾਂ ਇਹਦੇ 'ਤੇ ਰੋਕ ਲਗਾਈ ਗਈ ਹੈ। ਇਸ ਨਾਲ ਕੀ ਫਾਇਦਾ ਹੁੰਦਾ ਹੈ? ਇਹਦੇ ਨਾਲ ਕੁਛ ਅਧਿਕਾਰ ਮਿਲੇ ਹਨ। ਪਹਿਲੀ ਗੱਲ, ਪਹਿਲਾ ਅਧਿਕਾਰ ਤਾਂ ਮਿਲਿਆ ਹੈਗਾ ਕਿ ਜੇ ਵੀ ਕੋਈ ਪੁਲਿਸ ਅਧਿਕਾਰੀ ਤੁਹਾਨੂੰ ਗ੍ਰਿਫਤਾਰ ਕਰਨ ਆਉਂਦਾ ਹੈ ਤਾਂ ਤੁਸੀਂ ਉਹਨਾਂ ਤੋਂ ਗ੍ਰਿਫਤਾਰੀ ਦਾ ਰੀਜ਼ਨ ਪੁੱਛ ਸਕਦੇ ਹੋ।
ਦੂਸਰਾ ਪੁਲਿਸ ਅਧਿਕਾਰੀ ਨੂੰ ਤੁਹਾਨੂੰ ਗ੍ਰਿਫਤਾਰ ਕਰਨ ਵੇਲੇ ਰੀਜ਼ਨ ਦੱਸਣਾ ਪਵੇਗਾ ਅਤੇ ਫਿਰ ਉਹ ਤੁਹਾਨੂੰ ਪਹਿਲਾਂ ਰਿਕੁਐਸਟ ਕਰੇਗਾ ਕਿ ਤੁਹਾਨੂੰ ਥਾਣੇ ਪੇਸ਼ ਹੋਣਾ ਹੈ। ਜਿਵੇਂ ਵੀ ਤੁਹਾਨੂੰ ਥਾਣੇ ਲੈ ਕੇ ਜਾਂਦੇ ਹਨ, ਤੁਹਾਨੂੰ ਗ੍ਰਿਫਤਾਰ ਹੋਣ ਤੋਂ ਬਾਅਦ 24 ਘੰਟੇ ਦੇ ਵਿੱਚ ਵਿੱਚ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰਨਾ ਪਵੇਗਾ। ਜੇਕਰ ਕੋਈ ਪੁਲਿਸ ਅਧਿਕਾਰੀ ਤੁਹਾਨੂੰ ਜਾਂ ਮਤਲਬ ਗ੍ਰਿਫਤਾਰ ਕੀਤੇ ਬੰਦੇ ਨੂੰ 24 ਘੰਟੇ ਦੇ ਵਿੱਚ ਵਿੱਚ ਨੀਅਰੈਸਟ ਮੈਜਿਸਟਰੇਟ ਦੇ ਸਾਹਮਣੇ ਪੇਸ਼ ਨਹੀਂ ਕਰਦਾ ਹੈ, ਯਾਨੀ ਨੇੜਲੀ ਅਦਾਲਤ ਦੇ ਸਾਹਮਣੇ ਪੇਸ਼ ਨਹੀਂ ਕਰਦਾ ਹੈ, ਤਾਂ ਫਿਰ ਕੀ ਹੋਵੇਗਾ, ਫਿਰ ਉਸ ਅਧਿਕਾਰੀ 'ਤੇ ਕਾਨੂੰਨੀ ਕਾਰਵਾਈ ਹੋਵੇਗੀ ਕਿ ਉਹਨੇ ਇਸਦਾ ਇਹਨੂੰ ਗੈਰ ਕਾਨੂੰਨੀ ਗ੍ਰਿਫਤਾਰੀ ਮੰਨਿਆ ਜਾਵੇਗਾ। ਔਰ 24 ਘੰਟੇ ਦੇ ਵਿੱਚ ਆਉਣ ਜਾਣ ਦਾ ਸਮਾਂ ਲਾਗੂ ਨਹੀਂ ਹੁੰਦਾ ਹੈ। ਇਸ ਤੋਂ ਇਲਾਵਾ ਜਿਹੜਾ ਬੰਦਾ ਗ੍ਰਿਫਤਾਰ ਹੋਇਆ ਪਿਆ ਉਹਨੂੰ ਵਕੀਲ ਰੱਖਣ ਦੀ ਆਜ਼ਾਦੀ ਦਿੱਤੀ ਗਈ ਹੈ। ਗ੍ਰਿਫਤਾਰ ਤਾਂ ਹੋ ਗਿਆ ਪਰ ਉਸਨੇ ਬੇਲ ਵੀ ਲੈਣੀ ਹੈ, ਸੋਰੀ, ਤਾਂ ਉਹਨੂੰ ਰਾਈਟ ਦਿੱਤਾ ਗਿਆ ਹੈ ਕਿ ਗ੍ਰਿਫਤਾਰ ਹੋਣ ਤੋਂ ਬਾਅਦ ਉਹ ਆਪਣੇ ਆਪ ਨੂੰ ਫਿਰ ਵੀ ਪ੍ਰੋਟੈਕਸ਼ਨ ਦੇ ਆਪਣੇ ਆਪ ਨੂੰ ਬਚਾਵ ਕਰਨ ਲਈ ਉਹ ਕੁਛ ਵੀ ਕਰ ਸਕਦਾ ਹੈ, ਵਕੀਲ ਵੀ ਕਰ ਸਕਦਾ ਹੈ ਜਾਂ ਖੁਦ ਵੀ ਆਪਣਾ ਜੱਜਾਂ ਸਾਹਮਣੇ ਆਪਣੀ ਗੱਲ ਕਹਿ ਸਕਦਾ ਹੈ। ਇਸ ਤੋਂ ਇਲਾਵਾ ਮਹਿਲਾਵਾਂ ਲਈ ਕੁਛ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ ਇਸੀ ਆਰਟੀਕਲ ਦੇ ਅੰਡਰ। ਉਹ ਕੀ ਹਨ? ਪਹਿਲੀ ਗੱਲ, ਕਿਸੇ ਵੀ ਮਹਿਲਾ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਸੂਰਜ ਦਿਨ ਵੇਲੇ ਹੋਵੇਗੀ, ਯਾਨੀ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ, ਯਾਨੀ ਕਿਸੇ ਵੀ ਮਹਿਲਾ ਨੂੰ ਸੂਰਜ ਛਿਪਣ ਤੋਂ ਬਾਅਦ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ। ਦੂਸਰੀ ਗੱਲ, ਜਦੋਂ ਕਿਸੇ ਮਹਿਲਾ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਉਹਨੂੰ ਜਨਾਨਾ ਲੋਕਅਪ ਦੇ ਵਿੱਚ ਰੱਖਣਾ ਪਵੇਗਾ। ਤੀਸਰੀ ਗੱਲ, ਕਿਸੇ ਵੀ ਲੇਡੀ ਨੂੰ ਗ੍ਰਿਫਤਾਰ ਕਰਨ ਵੇਲੇ ਲੇਡੀ ਪੁਲਿਸ ਦਾ ਹੋਣਾ ਲਾਜ਼ਮੀ ਹੈ, ਚਾਹੇ ਪੁਲਿਸ ਦੇ 20 ਬੰਦੇ ਹੋਣ ਪਰੰਤੂ ਇੱਕ ਲੇਡੀ ਪੁਲਿਸ ਉਹਦੇ ਵਿੱਚ ਹੋਣੀ ਚਾਹੀਦੀ ਹੈ ਜੇਕਰ ਆਪਾਂ ਕਿਸੇ ਮਹਿਲਾ ਨੂੰ ਗ੍ਰਿਫਤਾਰ ਕਰਦੇ ਹਾਂ। ਤਾਂ ਇਹ ਜਿਹੜੇ ਕੁਛ ਅਧਿਕਾਰ ਹਨ ਇਹ ਆਪਣੇ ਅਨੁਛੇਦ 22 ਦੇ ਅੰਦਰ ਆਉਂਦੇ ਹਨ। ਔਰ ਇਹ ਜਿਹੜਾ 22 ਵਾਲਾ ਅਧਿਕਾਰ ਹੈ ਇਹ ਫੋਰਨਰ ਲਈ ਵੀ ਅਪਲਾਈ ਹੈ, ਚਾਹੇ ਉਹ ਵਿਦੇਸ਼ੀ ਹੋਵੇ ਚਾਹੇ ਭਾਰਤੀ ਹੋਵੇ, ਵਿਦੇਸ਼ੀਆਂ ਲਈ 20-21 ਅਤੇ 22 ਤਿੰਨੋਂ ਐਪਲੀਕੇਬਲ ਹਨ। ਨੈਕਸਟ ਆ ਗਿਆ ਰਾਈਟ ਅਗੇਂਸਟ ਐਕਸਪਲੋਇਟੇਸ਼ਨ। ਇਹਦਾ ਮਤਲਬ ਕੀ ਹੁੰਦਾ? ਇਹਦਾ ਮਤਲਬ ਹੁੰਦਾ ਸ਼ੋਸ਼ਣ ਦੇ ਵਿਰੁੱਧ ਅਧਿਕਾਰ। ਆਰਟੀਕਲ 23 ਕਹਿੰਦਾ ਹੈ ਪ੍ਰੋਹਿਬਿਸ਼ਨ ਆਫ ਟ੍ਰੈਫਿਕ ਇਨ ਹਿਊਮਨ ਬੀਂਗਸ ਐਂਡ ਫੋਰਸ ਲੇਬਰ, ਯਾਨੀ ਟ੍ਰੈਫਿਕ ਕਿਆ ਹੁੰਦਾ, ਹਿਊਮਨ ਟ੍ਰੈਫਿਕ ਕਿਆ ਹੁੰਦਾ, ਹਿਊਮਨ ਟ੍ਰੈਫਿਕਿੰਗ ਕਹਿੰਦੇ ਆਪਾਂ ਮਨੁੱਖੀ ਵਪਾਰ ਨੂੰ ਜਿਹਦੇ ਵਿੱਚ ਬੰਦਿਆਂ ਦਾ ਵਪਾਰ ਹੁੰਦਾ ਹੈ, ਬੰਦਿਆਂ ਦੀ ਖਰੀਦ ਫਰੋਖਤ ਕੀਤੀ ਜਾਂਦੀ ਹੈ। ਜਿਵੇਂ ਕਿ ਕਿਸੇ ਇੱਕ ਸਟੇਟ ਦੀਆਂ ਕੁੜੀਆਂ ਇੱਕ ਸਟੇਟ ਤੋਂ ਦੂਜੇ ਸਟੇਟ ਦੇ ਵਿੱਚ ਵੇਚੇ ਜਾਂਦੇ ਹਨ ਜੋ ਕਿ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਹੁੰਦੇ ਹਨ, ਜਾਂ ਬੱਚਿਆਂ ਦਾ ਵਪਾਰ ਹੁੰਦਾ ਹੈ, ਕੋਈ ਭੀਖ ਮੰਗਾਉਣ ਲਈ ਕੰਮ ਕਰਦਾ ਹੈ, ਕੋਈ ਆਪਣਾ ਮਜ਼ਦੂਰੀ ਕਰਾਉਂਦਾ ਹੈ, ਕੋਈ ਵਿਗਾਰ ਕਰਾਉਂਦਾ ਹੈ, ਜਾਂ ਫਿਰ ਕੀ ਹੁੰਦਾ ਹੈ ਕਿਸੇ ਬੰਦੇ ਨੂੰ ਬੇਹੋਸ਼ ਕਰਕੇ ਜਾਂ ਚੋਰੀ ਛਿਪੇ ਉਹਦੇ ਔਰਗਨਸ ਕੱਢ ਲੈਣੇ ਪਰ ਉਸਨੂੰ ਭੇਜ ਦੇਣਾ। ਇਹ ਸਾਰੇ ਆਪਣੇ ਹਿਊਮਨ ਟ੍ਰੈਫਿਕਿੰਗ ਦੇ ਵਿੱਚ ਆਉਂਦੇ ਹਨ। ਔਰ ਇਸ ਤੋਂ ਇਲਾਵਾ ਕੀ ਕਹਿੰਦਾ, ਜਿਹੜੇ ਬੱਚੇ ਜਿਨ੍ਹਾਂ ਦੀ ਉਮਰ 14 ਸਾਲ ਤੋਂ ਘੱਟ ਹੈ ਉਹਨਾਂ ਦੀ ਮਜ਼ਦੂਰੀ 'ਤੇ ਰੋਕ ਲਗਾਈ ਦਿੱਤੀ ਹੈ।
ਕਹਿਣ ਦਾ ਮਤਲਬ ਬਾਲ ਮਜ਼ਦੂਰੀ 'ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਗਈ ਹੈ। ਖਾਸ ਕਰ ਜਿਹੜੀ ਖਤਰਨਾਕ ਸਾਈਟਸ ਹਨ ਜਿਵੇਂ ਕਿ ਮਾਈਨਸ ਹੋ ਗਈਆਂ, ਖਦਾਨਾਂ ਹੋ ਗਈਆਂ, ਅਤੇ ਇਹਨਾਂ 'ਤੇ ਬਾਲ ਮਜ਼ਦੂਰੀ ਬਿਲਕੁਲ ਨਹੀਂ ਹੋਵੇਗੀ। ਕਾਰਖਾਨੇ ਹੋ ਗਏ, ਫੈਕਟਰੀਆਂ ਹੋ ਗਈਆਂ, ਜੇ ਕੋਈ ਬੰਦਾ ਆਪਣੀ ਫੈਕਟਰੀ, ਕਾਰਖਾਨੇ ਜਾਂ ਖਦਾਨਾਂ ਦੇ ਵਿੱਚ ਬੱਚਿਆਂ ਤੋਂ 14 ਸਾਲ ਦੀ ਘੱਟ ਉਮਰ ਬੱਚਿਆਂ ਤੋਂ ਕੰਮ ਕਰਾਉਂਦਾ ਹੈ, ਤਾਂ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਗਲਾ ਹੈਗਾ ਇਹ ਆਰਟੀਕਲ 24। ਆਰਟੀਕਲ 24 ਵੀ ਬੱਚਿਆਂ ਦੀ ਗੱਲ ਕਰਦਾ ਹੈ। ਇਹ ਕਹਿੰਦਾ ਹੈ ਪ੍ਰੋਵਿਜ਼ਨ ਆਫ ਇੰਪਲੋਇਮੈਂਟ ਆਫ ਚਿਲਡਰਨ ਇਨ ਫੈਕਟਰੀਜ਼, ਜਿਹੜੀ ਆਪਾਂ ਉੱਪਰ ਗੱਲ ਕੀਤੀ ਹੈ ਕਿ 14 ਸਾਲ ਤੋਂ ਬੱਚੇ, ਘੱਟ ਬੱਚੇ ਤੋਂ ਫੈਕਟਰੀ, ਕਾਰਖਾਨੇ ਕੰਮ 'ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਹੈ। ਅਗਲਾ ਆਉਂਦਾ ਹੈ ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਰਾਈਟ ਟੂ ਫਰੀਡਮ ਆਫ ਰਿਲੀਜਨ। ਇਹਦੇ ਵਿੱਚ ਆਪਾਂ ਆਰਟੀਕਲ 25, 26, 27, 28 ਚਾਰ ਆਰਟੀਕਲ ਆਉਂਦੇ ਹਨ, ਚਾਰੇ ਪੜ੍ਹਾਂਗੇ। ਪਹਿਲਾ ਕਹਿੰਦਾ ਹੈ ਫਰੀਡਮ ਆਫ ਕੰਸਾਇੰਸ ਐਂਡ ਫ੍ਰੀ ਪੋਜੈਸ਼ਨ, ਪ੍ਰੈਕਟਿਸ ਐਂਡ ਪ੍ਰੋਪੋਗੇਸ਼ਨ ਆਫ ਰਿਲੀਜਨ, ਯਾਨੀ ਕਿਸੇ ਵੀ ਧਰਮ ਨੂੰ ਮੰਨਣ ਦੀ ਆਜ਼ਾਦੀ ਦਿੱਤੀ ਗਈ ਹੈ। ਕੋਈ ਵੀ ਭਾਰਤੀ ਨਾਗਰਿਕ ਕਿਸੇ ਵੀ ਧਰਮ ਨੂੰ ਮੰਨ ਸਕਦਾ ਹੈ, ਕਿਸੇ ਵੀ ਧਰਮ ਨੂੰ ਛੱਡ ਸਕਦਾ ਹੈ, ਕਿਸੇ ਵੀ ਧਰਮ ਨੂੰ ਅਪਣਾ ਸਕਦਾ ਹੈ, ਇੱਕ ਧਰਮ ਛੱਡ ਕੇ ਦੂਜੇ 'ਚ ਜਾ ਸਕਦਾ ਹੈ। ਉਹਨੂੰ ਪੂਰੀ ਤਰ੍ਹਾਂ ਆਜ਼ਾਦੀ ਦਿੱਤੀ ਗਈ ਹੈ। ਔਰ ਕੋਈ ਵੀ ਵਿਅਕਤੀ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦਾ ਹੈ, ਜੋ ਕਿ ਉਸਨੂੰ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ। ਨੈਕਸਟ ਹੈ ਫਰੀਡਮ ਟੂ ਮੈਨੇਜ ਰਿਲੀਜੀਅਸ ਅਫੇਅਰਸ, ਆਰਟੀਕਲ 26। ਇਹ ਕੀ ਕਹਿੰਦਾ ਹੈ ਜਿਹੜੇ ਧਾਰਮਿਕ ਕਾਰਜ ਹਨ ਉਹਨਾਂ ਦੀ ਸੁਤੰਤਰਤਾ। ਧਾਰਮਿਕ ਕਾਰਜ ਕੀ ਹੁੰਦੇ ਹਨ? ਧਾਰਮਿਕ ਕਾਰਜ ਹੁੰਦੇ ਹਨ ਜਿਵੇਂ ਆਪਾਂ ਦੀਵਾਨ ਸਜਾਉਂਦੇ ਹਾਂ, ਨਗਰ ਕੀਰਤਨ ਕੱਢਦੇ ਹਾਂ, ਸ਼ੋਭਾ ਯਾਤਰਾ ਕੱਢਦੇ ਹਾਂ, ਆਪਣੇ ਰਿਲੀਜੀਅਸ ਫੈਸਟੀਵਲ ਮਨਾਉਂਦੇ ਹਾਂ, ਇਕੱਠ ਕਰਦੇ ਹਾਂ ਰਿਲੀਜੀਅਸ, ਇਹ ਸਾਰੇ ਧਾਰਮਿਕ ਕਾਰਜ ਆਉਂਦੇ ਹਨ। ਤਾਂ ਹਰ ਵਿਅਕਤੀ ਨੂੰ ਆਪਣੇ ਧਾਰਮਿਕ ਕਾਰਜਾਂ ਦੇ ਕਰਨ ਦੀ ਸੁਤੰਤਰਤਾ ਦਿੱਤੀ ਗਈ ਹੈ। ਜਿਵੇਂ ਹੋਲੀਡੇਜ਼ ਵੀ ਆਉਂਦੇ ਹਨ, ਜਿਵੇਂ ਕ੍ਰਿਸਮਸ ਆਉਂਦਾ ਹੈ, ਤਾਂ ਕ੍ਰਿਸਮਸ ਵੇਲੇ ਜਿਹੜੇ ਕ੍ਰਿਸਚਨਸ ਹਨ ਉਹ ਆਪਣੇ ਜਿਹੜਾ ਆਪਣਾ ਦਿਨ ਹਨ ਉਹ ਪੂਰਾ ਚਰਚ ਦੇ ਵਿੱਚ ਵਧੀਆ ਮਨਾਉਂਦੇ ਹਨ, ਤਾਂ ਉਹਨਾਂ ਸੁਤੰਤਰ ਦਿੱਤੀ ਗਈ ਹੈ ਕਿ ਉਹ ਆਪਣਾ ਸ਼ਾਂਤੀਪੂਰਨ ਤਰੀਕੇ ਨਾਲ ਆਪਣਾ ਤਿਉਹਾਰ ਮਨਾ ਸਕਣ। ਇਸ ਤਰ੍ਹਾਂ ਹਿੰਦੂ ਆਪਣੇ ਹਿੰਦੂ ਭਾਈਚਾਰਾ ਸਾਰਾ ਦੀਵਾਲੀ ਮਨਾਉਂਦੇ ਹਨ ਅਤੇ ਦੁਸਹਿਰਾ ਮਨਾਉਂਦੇ ਹਾਂ। ਇਸੇ ਤਰ੍ਹਾਂ ਜਿਹੜਾ ਆਪਣਾ ਸਾਰਾ ਭਾਈਚਾਰਾ ਹੈਗਾ ਸਿੱਖਾਂ ਵਾਲਾ, ਉਹ ਗੁਰੂ ਨਾਨਕ ਜਯੰਤੀ ਮਨਾਉਂਦੇ ਹਨ, ਜਾਂ ਉਹਨਾਂ ਦੇ ਹੋਰ ਜਿਹੜੇ ਬਾਕੀ ਤਿਉਹਾਰ ਹਨ ਉਹ ਮਨਾਉਂਦੇ ਹਨ। ਤਾਂ ਹਰ ਬੰਦੇ ਨੂੰ ਆਪਣੇ ਧਾਰਮਿਕ ਜਿਹੜੇ ਸਮਾਗਮ ਹਨ ਜਾਂ ਕਾਰਜ ਹਨ ਉਹ ਕਰਨ ਦੀ ਸੁਤੰਤਰਤਾ ਅਨੁਛੇਦ 26 ਦੇ ਤਹਿਤ ਦਿੱਤੀ ਗਈ ਹੈ। ਨੈਕਸਟ ਹੈ ਆਰਟੀਕਲ 27, ਫਰੀਡਮ ਐਸ ਟੂ ਪੇਮੈਂਟ ਆਫ ਟੈਕਸਿਸ ਫੋਰ ਪ੍ਰਮੋਸ਼ਨ ਆਫ ਐਨੀ ਪਰਟੀਕੁਲਰ ਰਿਲੀਜਨ। ਮਤਲਬ ਧਾਰਮਿਕ ਕਰਾਂ ਤੋਂ ਸੁਤੰਤਰਤਾ। ਜੇ ਆਪਾਂ ਥੋੜ੍ਹੀ ਪਿਛੋਕੜ ਦੀ ਗੱਲ ਕਰੀਏ, ਹਿਸਟਰੀ ਦੀ ਗੱਲ ਕਰੀਏ, ਤਾਂ ਉਸ ਟਾਈਮ ਕੀ ਹੁੰਦਾ ਸੀਗਾ, ਧਰਮ 'ਤੇ ਕਾਫੀ ਟੈਕਸ ਲੱਗਦੇ ਸਨ। ਜਿਵੇਂ ਕਿ ਇੱਕ ਆਪਣਾ ਟੈਕਸ ਮਸ਼ਹੂਰ ਸੀਗਾ ਜਿਹਨੂੰ ਆਪਾਂ ਜਜੀਆ ਕਰ ਕਹਿੰਦੇ ਹਾਂ, ਉਹ ਗੈਰ ਮੁਸਲਮਾਨਾਂ 'ਤੇ ਲਗਾਇਆ ਜਾਂਦਾ ਸੀ, ਮੋਸਟਲੀ ਹਿੰਦੂਆਂ 'ਤੇ ਲਗਾਇਆ ਜਾਂਦਾ ਸੀਗਾ। ਤਾਂ ਉਸ ਸਮੇਂ ਕੀ ਸੀਗਾ, ਉਸ ਸਮੇਂ ਜਿਹੜਾ ਆਪਣਾ ਮੁਗਲਾਂ ਦਾ ਰਾਜ ਸੀਗਾ ਜਾਂ ਦਿੱਲੀ ਸਲਤਨਤ ਦਾ ਰਾਜ ਸੀਗਾ, ਤਾਂ ਉਹ ਕੀ ਸੀਗਾ, ਉਹ ਜ਼ਿਆਦਾ ਮੋਸਟਲੀ ਮੁਸਲਿਮ ਕੰਟਰੀਆਂ ਤੋਂ ਆਏ ਸਨ। ਤਾਂ ਉਹ ਕੀ ਕਰਦੇ ਸਨ, ਉਹ ਆਪਣੇ ਧਰਮ ਦਾ ਇੱਕ ਤਰ੍ਹਾਂ ਦਾ ਪ੍ਰਚਾਰ ਕਰਨ ਵਾਸਤੇ ਹਿੰਦੂਆਂ ਨੂੰ ਕਹਿੰਦੇ ਸਨ
ਕਿ ਤੁਸੀਂ ਸਾਡੇ ਵਿੱਚ ਕਨਵਰਟ ਹੋ ਜਾਓ। ਜੇਕਰ ਤੁਸੀਂ ਕਨਵਰਟ ਨਹੀਂ ਹੋਊਗੇ ਤਾਂ ਤੁਹਾਨੂੰ ਅਸੀਂ ਕਹਿੰਦੇ ਤਾਂ ਵੀ ਕੁਛ ਨਹੀਂ, ਪਰ ਤੁਹਾਨੂੰ ਟੈਕਸ ਦੇਣਾ ਪਵੇਗਾ। ਤਾਂ ਉਹ ਟੈਕਸ ਦਾ ਨਾਮ ਰੱਖਿਆ ਗਿਆ ਜਜ਼ੀਆ ਕਰ। ਪਰੰਤੂ ਜਦੋਂ ਆਪਾਂ ਸੰਵਿਧਾਨ ਬਣਾਇਆ ਤਾਂ ਉਸ ਸਮੇਂ ਆਪਾਂ ਇਸ ਚੀਜ਼ ਨੂੰ ਬਿਲਕੁਲ ਅਬੋਲਿਸ਼ ਕਰ ਦਿੱਤਾ ਗਿਆ ਹੈਗਾ ਕਿ ਆਪਣੇ ਧਰਮ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟੈਕਸ ਨਹੀਂ ਲੱਗੇਗਾ। ਜੇ ਕੋਈ ਵਿਅਕਤੀ ਧਰਮ ਦੇ ਵਿੱਚ ਕੁਛ ਵੀ ਖਰਚ ਕਰਦਾ ਹੈ ਜਾਂ ਚੰਦਾ ਵੀ ਦਿੰਦਾ ਹੈ ਤਾਂ ਉਹ 'ਤੇ ਰੈਸ਼ 'ਤੇ ਟੈਕਸ ਨਹੀਂ ਲੱਗੇਗਾ। ਇਸ ਤੋਂ ਇਲਾਵਾ ਇੱਕ ਹੋਰ ਸਹੂਲਤ ਦਿੱਤੀ ਗਈ ਹੈ ਸਰਕਾਰ ਵੱਲੋਂ, ਜੇ ਕੋਈ ਬੰਦਾ ਚੈਰੀਟੇਬਲ ਪਰਪਸ ਲਈ ਜਾਂ ਫਿਰ ਰਿਲੀਜੀਅਸ ਪਰਪਸ ਲਈ ਕੋਈ ਵੀ ਚੰਦਾ ਦਿੰਦਾ ਹੈ, ਕੋਈ ਵੀ ਰਾਸ਼ੀ ਦਿੰਦਾ ਹੈ, ਤਾਂ ਜਿੰਨੀ ਰਾਸ਼ੀ ਦਿੰਦਾ ਹੈ ਉਸ 'ਤੇ ਉਸਨੂੰ ਰਿਬੇਟ ਮਿਲੇਗੀ। ਮਤਲਬ ਉਲਟਾ ਉਹਦਾ ਟੈਕਸ ਸੇਵ ਹੋਵੇਗਾ, ਜੋ ਕਿ ਆਪਾਂ ਨੂੰ ਆਰਟੀਕਲ 27 ਦੇ ਵਿੱਚ ਦੱਸਿਆ ਗਿਆ ਹੈ। ਅਗਲਾ ਹੈਗਾ ਆਪਣਾ ਆਰਟੀਕਲ 28, ਇਹ ਕਹਿੰਦਾ ਫ੍ਰੀਡਮ ਹੈਜ਼ ਟੂ ਅਟੈਂਡੈਂਸ ਐਟ ਰਿਲੀਜੀਅਸ ਇੰਸਟਰਕਸ਼ਨਸ ਔਰ ਰਿਲੀਜੀਅਸ ਵਰਕਸ਼ਿਪ ਇਨ ਸਰਟਨ ਐਜੂਕੇਸ਼ਨ ਇੰਸਟੀਟਿਊਸ਼ਨਸ, ਸਿੱਖਿਅਤ ਅਦਾਰੇ ਦੇ ਵਿੱਚ ਧਾਰਮਿਕ ਸਿੱਖਿਆ। ਇਹਦਾ ਮਤਲਬ ਹੈ ਕਿ ਜਿਹੜੇ ਤਾਂ ਪ੍ਰਾਈਵੇਟ ਹਨ ਸਿੱਖਿਅਤ ਅਧਿਕਾਰ ਅਦਾਰੇ, ਉਹ ਤਾਂ ਆਪਣੇ ਹਿਸਾਬ ਨਾਲ ਧਰਮ ਦੀ ਸਿੱਖਿਆ ਦੇ ਸਕਦੇ ਹਨ, ਜਿਵੇਂ ਕਿ DAV ਸਕੂਲ ਸਨ, DAV ਕਾਲਜ ਸਨ, ਉੱਥੇ ਉਹ ਆਪਣੀ ਧਰਮ ਸਿੱਖਿਆ ਪੜ੍ਹਾਉਂਦੇ ਹਨ, ਵੇਦਾਂ ਦਾ ਨੌਲੇਜ ਦਿੰਦੇ ਹਨ। ਇਸ ਤੋਂ ਇਲਾਵਾ ਉਹ ਆਪਣੇ ਹਵਨ ਵੀ ਕਰਦੇ ਹਨ, ਆਪਣੇ ਸਕੂਲ ਕਾਲਜ ਦੇ ਵਿੱਚ ਰਿਚੁਅਲਸ ਪੂਰੇ ਕਰਦੇ ਹਨ। ਇਸ ਤਰ੍ਹਾਂ ਜੇ ਆਪਾਂ ਮਿਸ਼ਨਰੀ ਸਕੂਲ ਕਾਲਜ ਦੀ ਗੱਲ ਕਰੀਏ, ਜਿਵੇਂ ਸੈਕਰਡ ਹਾਰਟ ਹੋ ਗਏ, ਅਤੇ ਇਹਨਾਂ ਦੇ ਵਿੱਚ ਕੀ ਹੁੰਦਾ, ਇਹਨਾਂ ਦੇ ਵਿੱਚ ਆਪਣੇ ਜੀਸਸ ਪ੍ਰੇ ਹੁੰਦੀ ਹੈ ਔਰ ਆਪਣੇ ਇਹ ਆਪਣੇ ਜਿਹੜੇ ਰਿਚੁਅਲਸ ਹਨ ਉਹ ਮਨਾਉਂਦੇ ਹਨ। ਪਰੰਤੂ ਜੇ ਆਪਾਂ ਗੱਲ ਕਰੀਏ ਸਰਕਾਰੀ ਦੀ, ਜੋ ਵੀ ਸਕੂਲ ਜਾਂ ਕਾਲਜ ਜਾਂ ਵਿੱਦਿਅਕ ਅਦਾਰਾ ਜੋ ਵੀ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਜਾਂ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦੀ ਏਡ ਲੈ ਰਿਹਾ ਹੈ, ਰਾਸ਼ੀ ਲੈ ਰਿਹਾ ਹੈ, ਉੱਥੇ ਕਿਸੇ ਵੀ ਧਰਮ ਦੀ ਸਿੱਖਿਆ ਨਹੀਂ ਦਿੱਤੀ ਜਾਵੇਗੀ। ਇਹ ਗੱਲ ਨੋਟ ਕਰ ਲਿਓ ਕਿ ਜਿਹੜੇ ਵੀ ਸੰਸਥਾਨ ਹਨ, ਸਿੱਖਿਆ ਅਦਾਰੇ ਹਨ, ਜਿਸ ਨੂੰ ਕਿ ਸਰਕਾਰ ਵੱਲੋਂ ਕੋਈ ਵੀ ਅਨੁਦਾਨ ਦਿੱਤਾ ਜਾ ਰਿਹਾ ਹੈ ਜਾਂ ਫਿਰ ਪ੍ਰੋਪਰਲੀ ਸਰਕਾਰ ਦੇ ਵੱਲੋਂ ਐਫੀਲੀਏਟਿਡ ਹਨ, ਜਿਵੇਂ ਸਰਕਾਰੀ ਸਕੂਲ ਹੋ ਗਏ, ਸਰਕਾਰੀ ਕਾਲਜ ਹੋ ਗਏ, ਉੱਥੇ ਕਿਸੇ ਵੀ ਧਰਮ ਦੀ ਸਿੱਖਿਆ ਨਹੀਂ ਦਿੱਤੀ ਜਾਵੇਗੀ। ਧਰਮ ਦੀ ਸਿੱਖਿਆ ਸਿਰਫ ਦਿੱਤੀ ਜਾਵੇਗੀ ਜਿਹੜੇ ਪ੍ਰਾਈਵੇਟ ਸਕੂਲ ਕਾਲਜ ਸਨ। ਨੈਕਸਟ ਹੈ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ, ਮਤਲਬ ਸੰਸਕ੍ਰਿਤਿਕ ਅਤੇ ਸਿੱਖਿਅਕ ਅਧਿਕਾਰ। ਇਹ ਸਪੈਸ਼ਲੀ ਅਧਿਕਾਰ ਕਿਉਂ ਪਾਏ ਗਏ ਹਨ, ਇਹ ਪਾਏ ਗਏ ਹਨ ਜਿਹੜੇ ਮਨੋਰਟੀਜ਼ ਵਾਲੇ ਬੰਦੇ ਹਨ, ਯਾਨੀ ਜਿਨ੍ਹਾਂ ਦੀ ਜਨਸੰਖਿਆ ਭਾਰਤ ਦੇ ਵਿੱਚ ਮਨੋਰਟੀ ਦੇ ਰੂਪ ਦੇ ਵਿੱਚ ਮੰਨੀ ਜਾਂਦੀ ਹੈ, ਜਿਨ੍ਹਾਂ ਦੀ ਗਿਣਤੀ, ਉਹਨਾਂ ਵਾਸਤੇ ਇਹ ਰਾਈਟਸ ਪਾਏ ਗਏ ਹਨ, ਜੋ ਕਿ ਆਪਣੇ ਅਨੁਛੇਦ 29 ਅਤੇ 30 ਦੇ ਵਿੱਚ ਆਉਂਦੇ ਹਨ। ਅਨੁਛੇਦ 29 ਕਹਿੰਦਾ ਹੈ ਪ੍ਰੋਟੈਕਸ਼ਨ ਆਫ ਇੰਟਰਸਟ ਆਫ ਮਾਇਨੋਰਟੀਜ਼, ਮਤਲਬ ਮਾਇਨੋਰਟੀ ਆਪਾਂ ਕਹਿੰਦੇ ਘੱਟ ਗਿਣਤੀ ਵਰਗ, ਘੱਟ ਵਰਗ ਦੇ ਹਿੱਤਾਂ ਦੀ ਸੁਰੱਖਿਆ ਲਈ ਇਹ ਅਨੁਛੇਦ ਬਣਾਇਆ ਗਿਆ ਹੈ। ਸੁਰੱਖਿਆ 'ਚ ਕੀ ਸੁਰੱਖਿਅਤ ਕਰ ਸਕਦੇ ਹਨ, ਉਹ ਆਪਣੀ ਭਾਸ਼ਾ ਸੁਰੱਖਿਅਤ ਕਰ ਸਕਦੇ ਹਨ, ਲਿਪੀ ਬੋਲੀ ਸੁਰੱਖਿਅਤ ਕਰ ਸਕਦੇ ਹਨ, ਆਪਣਾ ਸੱਭਿਆਚਾਰ ਸੁਰੱਖਿਅਤ ਕਰ ਸਕਦੇ ਹਨ। ਜੇਕਰ ਆਪਾਂ ਇਹਨੂੰ ਇਹ ਅਧਿਕਾਰ ਨਾ ਦਈਏ ਤਾਂ ਹੋ ਸਕਦਾ ਹੈ ਆਉਣ ਵਾਲੇ ਕੁਛ ਸਮੇਂ ਦੇ ਬਾਅਦ ਉਹਨਾਂ ਦੀ ਭਾਸ਼ਾ, ਲਿਪੀ, ਬੋਲੀ, ਸੱਭਿਆਚਾਰ ਸਭ ਅਲੋਪ ਹੋ ਜਾਵੇ।
ਕਿਉਂਕਿ ਉਹਨਾਂ ਦੇ ਰੀਤੀ ਰਿਵਾਜ਼ ਬਾਕੀ ਜਨਸੰਖਿਆ ਨਾਲੋਂ ਵੱਖਰੇ ਹੁੰਦੇ ਹਨ, ਤਾਂ ਇਸ ਕਰਕੇ ਆਪਾਂ ਉਹਨਾਂ ਦੇ ਵੀ ਰੀਤੀ ਰਿਵਾਜ਼ਾਂ ਦਾ, ਰਿਚੁਅਲਸ ਦਾ ਧਿਆਨ ਰੱਖਣਾ ਹੈ, ਉਹਨਾਂ ਦੇ ਸੱਭਿਆਚਾਰ ਦਾ ਧਿਆਨ ਰੱਖਣਾ ਹੈ, ਲਿਪੀ ਦਾ ਵੀ ਸੁਰੱਖਿਅਤ ਰੱਖਣੀ ਹੈ, ਤਾਂ ਕਿ ਅਸੀਂ ਕਹਿ ਸਕੀਏ ਜਿਹੜਾ ਭਾਰਤ ਸਾਡਾ ਦੇਸ਼ ਹੈ ਉਹ ਯੂਨੀਅਨ ਇਨ ਸਟੈਂਸ ਆਪਾਂ ਕਹਿੰਦੇ ਨਾ, ਇੱਕ ਅਨੇਕਤਾ ਮੇਂ ਏਕਤਾ ਵਾਲਾ ਦੇਸ਼ ਹੈ। ਨੈਕਸਟ ਹੈਗਾ ਆਰਟੀਕਲ 30 ਅਨੁਛੇਦ 30 ਕੀ ਕਹਿੰਦਾ, ਰਾਈਟ ਆਫ ਮਨੋਰਟੀਜ਼ ਟੂ ਐਸਟੈਬਲਿਸ਼ਮੈਂਟ ਐਂਡ ਐਡਮਿਨਿਸਟ੍ਰੇਟਿਵ ਐਜੂਕੇਸ਼ਨ ਇੰਸਟੀਟਿਊਸ਼ਨਸ। ਇਹ ਵੀ ਆਪਣੇ ਮਨੋਰਟੀਜ਼ ਵਾਸਤੇ ਹੈ, ਘੱਟ ਗਿਣਤੀ ਵਰਗ ਦੇ ਲੋਕਾਂ ਵਾਸਤੇ। ਇਹ ਕਹਿੰਦੇ ਹੈ ਕਿ ਘੱਟ ਗਿਣਤੀ ਵਰਗ ਦੇ ਸਿੱਖਿਅਕ ਅਧਿਕਾਰੀਆਂ ਦੀ ਸਥਾਪਨਾ ਕੀਤੀ ਜਾ ਸਕਦੀ ਹੈ, ਮਤਲਬ ਜਿਹੜੇ ਮਨੋਰਟੀਜ਼ ਵਿੱਚ ਹਨ ਪਾਪੂਲੇਸ਼ਨ, ਉਹ ਆਪਣੇ ਸਿੱਖਿਆ ਅਧਿਕਾਰੇ ਖੋਲ ਸਕਦੇ ਹਨ, ਜੋ ਕਿ ਧਰਮ ਅਤੇ ਭਾਸ਼ਾ ਦੇ ਬੇਸ 'ਤੇ ਉਹ ਆਪਣੇ ਖੋਲ ਸਕਦੇ ਹਨ। ਜਿਵੇਂ ਆਪਾਂ ਦੱਸਿਆ ਕਿ 29 ਦੇ ਵਿੱਚ ਕਿ ਉਹਨਾਂ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਹਦੀ ਭਾਸ਼ਾ ਲਿਪੀ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਕਰ ਸਕਦੇ ਹਨ। ਇਸੇ ਤਰ੍ਹਾਂ ਉਹਨਾਂ ਨੂੰ ਇਹ ਵੀ ਅਧਿਕਾਰ ਹੈ ਕਿ ਆਪਣੀ ਭਾਸ਼ਾ ਦੇ ਬੇਸ 'ਤੇ ਆਪਣੇ ਇੰਸਟੀਟਿਊਸ਼ਨ ਖੋਲ ਸਕਦੇ ਹਨ, ਧਰਮ ਦੇ ਬੇਸ 'ਤੇ ਖੋਲ ਸਕਦੇ ਹਨ, ਜਿਵੇਂ ਆਪਣੇ ਮਿਸ਼ਨਰੀ ਸਕੂਲ ਹੈ ਜਾਂ DAV ਸਕੂਲ ਵਗੈਰਾ ਕਾਲਜ ਖੁੱਲ੍ਹੇ ਹਨ, ਤਾਂ ਉਹ ਇੱਕ ਤਰ੍ਹਾਂ ਦੇ ਧਰਮ ਦੇ ਬੇਸ 'ਤੇ ਖੁੱਲ੍ਹੇ ਹਨ, ਅਤੇ ਜਿਵੇਂ ਮਦਰੱਸੇ ਹੁੰਦੇ ਹਨ, ਅਤੇ ਇਹ ਇਹਨਾਂ ਨੂੰ ਸਪੈਸ਼ਲ ਦੋਨੋਂ ਅਧਿਕਾਰ ਦਿੱਤੇ ਗਏ ਹਨ ਜੋ ਮਨੋਰਟੀਜ਼ ਦੇ ਲੋਕਾਂ ਲਈ ਦਿੱਤੇ ਗਏ ਹਨ। ਫਿਰ ਆਪਾਂ ਗੱਲ ਕਰਦੇ ਹਾਂ ਰਾਈਟ ਟੂ ਪ੍ਰੋਪਰਟੀ, ਜੋ ਸੰਪੱਤੀ ਅਧਿਕਾਰ ਹੈ। ਇਹ ਅਧਿਕਾਰ ਕੀ ਸੀਗਾ, ਹੁਣ ਤਾਂ ਹਟ ਗਿਆ, ਤੁਹਾਨੂੰ ਦੱਸ ਦੇਣਾ ਫਿਰ ਵੀ ਕੀ ਸੀਗਾ ਆਹ। ਇਸਦੇ ਅੰਤਰਗਤ ਲਿਖਿਆ ਗਿਆ ਹੈ ਕਿ ਜੇ ਕਿਸੇ ਵਿਅਕਤੀ ਦੀ ਜ਼ਮੀਨ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਦਿੰਦੀ ਹੈ ਤਾਂ ਉਹ ਜ਼ਮੀਨ ਆਪਣੀ ਸਰਕਾਰ ਨੂੰ ਦੇਣੀ ਪਵੇਗੀ, ਹਾਲਾਂਕਿ ਉਸਦਾ ਮੁਆਵਜ਼ਾ ਮਿਲੇਗਾ। ਐਵੇਂ ਨਹੀਂ ਹੈ ਕਿ ਮੁਆਵਜ਼ਾ ਨਹੀਂ ਮਿਲੇਗਾ, ਪਰੰਤੂ ਦੇਸ਼ ਦੀ ਡਿਵੈਲਪਮੈਂਟ ਵਾਸਤੇ ਉਹਨੂੰ ਉਹ ਦੇਣੀ ਪਵੇਗੀ, ਜੋ ਕਿ ਪਹਿਲਾਂ ਨਹੀਂ ਸੀਗਾ, ਇਸੇ ਕਰਕੇ ਹਟਾਇਆ ਗਿਆ ਹੈ। ਕਿਉਂਕਿ ਜਦੋਂ ਸੰਪੱਤੀ ਅਧਿਕਾਰ ਪਹਿਲਾਂ ਸੀਗਾ ਤਾਂ ਉਸ ਸਮੇਂ ਆਹੀ ਸੀਗਾ ਕਿ ਬੰਦੇ ਨੂੰ ਜੇ ਆਪਾਂ ਸਰਕਾਰ ਕਹਿੰਦੀ ਸੀ ਤਾਂ ਸਾਨੂੰ ਜ਼ਮੀਨ ਦੇ, ਅਸੀਂ ਉਹਦੇ ਪੁਲ ਬਣਾਉਣਾ ਹੈ ਜਾਂ ਉਹ ਸੜਕ ਕੱਢਣੀ ਹੈ, ਤਾਂ ਬੰਦੇ ਮਨਾ ਕਰ ਦਿੰਦੇ ਸਨ, ਕਿਉਂਕਿ ਉਹ ਕਹਿੰਦੇ ਸਾਡੇ ਕੋਲ ਰਾਈਟ ਟੂ ਪ੍ਰੋਪਰਟੀ ਹੈ, ਅਸੀਂ ਨਹੀਂ ਦੇਣੀ ਹੈ, ਅਸੀਂ ਸਾਨੂੰ ਮੁਆਵਜ਼ਾ ਨਹੀਂ ਚਾਹੀਦਾ ਹੈ, ਅਸੀਂ ਜ਼ਮੀਨ ਆਪਣੀ ਨਹੀਂ ਵੇਚਣੀ ਹੈ। ਪਰੰਤੂ ਇੱਕ ਉਸ ਟਾਈਮ ਕੇਸ ਵੀ ਆਇਆ ਸੀਗਾ, ਕੇਸ ਭਾਰਤੀ ਵਾਲਾ ਕੇਸ ਆਇਆ ਸੀਗਾ, ਉਹਦੇ ਵਿੱਚ ਵੀ ਇਹ ਸੀਗਾ ਕਿ ਉਹਨਾਂ ਜਿਹੜੀ ਕੁਛ ਆਸ਼ਰਮ ਦੀ ਜ਼ਮੀਨ ਸੀਗੀ ਉਹ ਕੁਛ ਸਰਕਾਰੀ ਕੰਮ ਦੇ ਵਿੱਚ ਅੜਕਲਾਂ ਬਣ ਚੁੱਕੀਆਂ ਸੀਗੀਆਂ। ਉਸ ਤੋਂ ਬਾਅਦ ਸਰਕਾਰ ਨੇ ਫੈਸਲਾ ਕੀਤਾ ਕਿ ਸੰਪੱਤੀ ਦਾ ਜਿਹੜਾ ਅਧਿਕਾਰ ਹੈ ਇਹਨੂੰ ਕੌਂਸਟੀਟਿਊਸ਼ਨ ਰਾਈਟ, ਜਿਹੜੇ ਸੰਵਿਧਾਨਿਕ ਅਧਿਕਾਰ ਤੋਂ ਹਟਾ ਕੇ ਕਾਨੂੰਨੀ ਅਧਿਕਾਰ ਦੇ ਵਿੱਚ ਲਿਆਇਆ ਜਾਵੇ। ਤਾਂ ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਰਾਈਟ ਟੂ ਪ੍ਰੋਪਰਟੀ ਕੰਸਟੀਟਿਊਸ਼ਨਲ ਰਾਈਟਸ ਨਾ ਹੋ ਕੇ ਇਹ ਕਾਨੂੰਨੀ ਅਧਿਕਾਰ ਹੈ, ਯਾਨੀ ਕਿ ਲੀਗਲ ਰਾਈਟ ਹੈ, ਜੋ ਕਿ ਅਨੁਛੇਦ 29 ਤੋਂ ਨਾ 31 ਤੋਂ ਅਨੁਛੇਦ 300A ਦੇ ਵਿੱਚ ਕਨਵਰਟ ਹੋ ਚੁੱਕਾ ਹੈ। ਔਰ ਇਹ ਕਨਵਰਟ ਹੋਇਆ ਸੀਗਾ 44th ਕੰਸਟੀਟਿਊਸ਼ਨ ਅਮੈਂਡਮੈਂਟ ਦੇ ਤਹਿਤ, ਯਾਨੀ 44ਵੀਂ ਸੋਧ ਦੇ ਤਹਿਤ ਅਮੈਂਡ ਹੋਇਆ ਸੀਗਾ, ਅਤੇ ਇੱਥੋਂ ਹਟਾ ਦਿੱਤਾ, ਹਟਾਉਣ ਨੂੰ ਆਪਾਂ ਰਿਪੀਟ ਕਰਨੇ ਹਾਂ, ਤਾਂ ਹਟਾ ਦਿੱਤਾ ਗਿਆ ਸੀਗਾ। ਔਰ ਇਹ ਹੋਇਆ ਸੀ 1978 ਦੇ ਵਿੱਚ, 1978 ਦੇ ਵਿੱਚ 44ਵੀਂ ਸੋਧ ਹੋਈ ਸੀ, ਜਿਹਦੇ ਵਿੱਚ ਕਿ ਕਾਫੀ ਮਹੱਤਵਪੂਰਨ ਫੈਸਲੇ ਲਿੱਤੇ ਗਏ ਸਨ, ਕੁਛ ਐਮਰਜੈਂਸੀ ਨੂੰ ਲੈ ਕੇ ਵੀ ਫੈਸਲਾ ਲਿੱਤਾ ਗਿਆ ਸੀ, 44ਵੀਂ ਅਮੈਂਡਮੈਂਟ ਅਤੇ 42ਵੀਂ ਅਮੈਂਡਮੈਂਟ
ਦੋਨੋਂ ਕਾਫੀ ਇੰਪੋਰਟੈਂਟ ਹਨ। ਨੈਕਸਟ ਆਪਾਂ ਗੱਲ ਕਰਦੇ ਹਾਂ ਰਾਈਟ ਟੂ ਕੰਸਟੀਟਿਊਸ਼ਨ ਐਮਡੀਸ, ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਇਹ ਕੀ ਹੁੰਦਾ ਹੈ? ਇਹ ਕਹਿੰਦੇ ਹਨ ਕਿ ਜਿਹੜਾ ਆਰਟੀਕਲ 32 ਆ ਉਹ ਕਹਿੰਦਾ ਰੈਮਡੀਜ਼ ਫੋਰ ਐਨਫੋਰਸਮੈਂਟ ਆਫ ਰਾਈਟਸ ਕਨਫਰਡ ਬਾਈ ਦਿਸ ਪਾਰਟ, ਕਿ ਜਿਹੜੇ ਆਪਣੇ ਆਪਾਂ ਅਧਿਕਾਰ ਆਪਾਂ ਹੁਣੇ ਪੜ੍ਹੇ ਉਹ ਸਾਰੇ ਜਿਹੜੇ ਰਾਈਟਸ ਹਨ ਉਹ ਇਨਫੋਰਸ ਕੀਤੇ ਗਏ ਹਨ, ਯਾਨੀ ਉਹਨਾਂ ਦਾ ਆਪਣਾ ਇੱਕ ਉਪਚਾਰ ਕੀਤਾ ਗਿਆ। ਜੇ ਆਪਣੇ ਕਿਸੇ ਵੀ ਮੌਲਿਕ ਅਧਿਕਾਰ ਦਾ ਹਨ ਹੁੰਦਾ ਹੈ ਤਾਂ ਉਹਦੇ ਬਚਾਅ ਕਰਨ ਵਾਸਤੇ ਇਹ ਇੱਕ ਆਪਣੇ ਕੋਲ ਕਵਚ ਹੈ। ਤਾਂ ਇਸ ਅਧਿਕਾਰ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਨੇ ਕਿਹਾ ਕਿਹਾ ਸੀਗਾ, ਇਸ ਉਹਨਾਂ ਨੇ ਇਸ ਨੂੰ ਸੰਵਿਧਾਨ ਦੀ ਆਤਮਾ ਕਿਹਾ ਸੀਗਾ, ਯਾਨੀ ਸੋਲ ਆਫ ਦੀ ਕੰਸਟੀਟਿਊਸ਼ਨ। ਉਹ ਕਹਿੰਦੇ ਸਨ ਜੇ ਆਹ ਆਰਟੀਕਲ ਨਾ ਹੋਵੇ ਤਾਂ ਸੰਵਿਧਾਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਤਾਂ ਇਹਦੇ ਵਿੱਚ ਐਸਾ ਹੈ ਕੀ ਸੀਗਾ, ਹੁਣ ਆਪਾਂ ਉਹਦੀ ਗੱਲ ਕਰਦੇ ਹਾਂ ਕਿ ਜਿਹਨੂੰ ਸੰਵਿਧਾਨ ਆਤਮਾ ਕਿਹਾ ਜਾਂਦਾ ਹੈ। ਇਹ 'ਚ ਕੀ ਹੈ? ਇਹ 'ਚ ਪੰਜ ਤਰ੍ਹਾਂ ਦੀ ਰਿੱਟ ਹੈ। ਜੇ ਆਪਾਂ ਸੁਣਦੇ ਹਾਂ ਨਾ ਰਿੱਟ ਪਾਤੀ ਹੈ, ਹਾਈ ਕੋਰਟ ਨੇ ਰਿੱਟ ਦੇ ਦਿੱਤੀ, ਫਿਰ ਸੁਪਰੀਮ ਕੋਰਟ ਨੇ ਰਿੱਟ ਲਗਾਤੀ ਹੈ, ਤਾਂ ਪੰਜ ਤਰ੍ਹਾਂ ਰਿੱਟ ਇਹਦੇ ਵਿੱਚ ਆਉਂਦੀ ਹੈ। ਜਿਵੇਂ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਦੋ ਤਿੰਨ ਦੱਸ ਦਿੰਦਾ, ਇੱਕ ਤਾਂ ਹੁੰਦੀ ਹੈ ਕੋਵਰੰਟ ਹੁੰਦੀ ਹੈ, ਇੱਕ ਮੈਂਡਾਮਸ ਹੁੰਦੀ ਹੈ, ਇੱਕ ਸ਼ੋਰਟੀ ਹੁੰਦੀ ਹੈ, ਅਧਿਕਾਰ ਪ੍ਰੀਖਿਆ ਹੁੰਦੀ ਹੈ, ਪ੍ਰੀਪੈਕਸ਼ ਹੁੰਦੇ ਹੈ। ਪੰਜ ਤਰ੍ਹਾਂ ਦੀ ਆਪਣੀਆਂ ਇਹ ਰਿੱਟਾਂ ਹੁੰਦੀਆਂ ਹਨ। ਇਹ ਰਿੱਟ ਕਦੋਂ ਲਗਾਈ ਜਾਂਦੀ ਹੈ? ਇਹ ਰਿੱਟ ਜਦੋਂ ਹੁੰਦੀ ਹੈ ਜਦੋਂ ਕਿਸੇ ਵਿਅਕਤੀ ਦੇ ਮੌਲਿਕ ਅਧਿਕਾਰਾਂ ਦਾ ਹਨਨ ਹੋਵੇ, ਉਹਦੀ ਹਾਨੀ ਹੋਵੇ, ਯਾਨੀ ਕੋਈ ਦੂਜਾ ਵਿਅਕਤੀ ਕਿਸੇ ਵਿਅਕਤੀ ਦੇ ਮੌਲਿਕ ਅਧਿਕਾਰਾਂ ਨਾਲ ਛੇੜਖਾਨੀ ਕਰੇ ਜਾਂ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇ, ਤਾਂ ਫਿਰ ਜਿਸ ਬੰਦੇ ਦੇ ਮੌਲਿਕ ਅਧਿਕਾਰਾਂ ਦੀ ਹਾਨੀ ਹੁੰਦੀ ਹੈ ਉਹ ਸਿੱਧਾ ਸੁਪਰੀਮ ਕੋਰਟ ਤੱਕ ਜਾ ਸਕਦਾ ਹੈ। ਕੋਈ ਭਾਰਤੀ ਨਾਗਰਿਕ ਜੇ ਕਿਸੇ ਦੇ ਫੰਡਾਮੈਂਟਲ ਰਾਈਟਸ ਦਾ ਅਬੋਲਿਟ ਹੁੰਦੇ ਹਨ, ਫਿਰ ਉਹ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੀ ਸ਼ਰਨ ਲੈ ਸਕਦਾ ਹੈ। ਔਰ ਸ਼ਰਨ ਲਏਗਾ, ਜੇ ਉਹ ਬੰਦਾ ਕੋਈ ਬੰਦਾ ਸੁਪਰੀਮ ਕੋਰਟ ਜਾਵੇਗਾ ਤਾਂ ਉਹ ਜਾਵੇਗਾ ਆਰਟੀਕਲ 32 ਦੇ ਤਹਿਤ। ਇਹ ਨੋਟ ਕਰ ਲਓ, ਦੋਨੋਂ ਚੀਜ਼ਾਂ ਡਿਫਰੈਂਸ ਹੈ। ਜੇ ਕੋਈ ਬੰਦਾ ਫੰਡਾਮੈਂਟਲ ਰਾਈਟਸ ਨੂੰ ਲੈ ਕੇ ਸਿੱਧਾ ਸੁਪਰੀਮ ਕੋਰਟ ਜਾਵੇ ਤਾਂ ਉਹ ਜਾਵੇਗਾ ਆਰਟੀਕਲ 32 ਦੇ ਤਹਿਤ, ਜੋ ਕਿ ਜਿਸ ਅਨੁਛੇਦ ਦੀ ਆਪਾਂ ਗੱਲ ਕਰ ਰਹੇ ਹਾਂ। ਔਰ ਜੇ ਕੋਈ ਬੰਦਾ ਸੁਪਰੀਮ ਕੋਰਟ ਨਾ ਜਾ ਕੇ ਸਿੱਧਾ ਹਾਈ ਕੋਰਟ ਜਾਵੇ ਤਾਂ ਉਹ ਜਾਵੇਗਾ ਆਰਟੀਕਲ 226 ਦੇ ਤਹਿਤ। ਯਾਨੀ ਦੋ ਆਰਟੀਕਲ ਐਸੇ ਹਨ ਆਪਣੇ ਸੰਸਥਾ ਦੇ ਵਿੱਚ ਜਿਸ 'ਚ ਲਿਖਿਆ ਗਿਆ ਹੈ ਕਿ ਜਿਹੜੇ ਰਿੱਟ ਹਨ ਉਹ ਸੁਪਰੀਮ ਕੋਰਟ ਅਤੇ ਹਾਈ ਕੋਰਟ ਲਗਾ ਸਕਦੇ ਹੈ, ਅਤੇ ਸੁਪਰੀਮ ਕੋਰਟ ਜਿਹੜੀ ਵੀ ਰਿੱਟ ਜਾਰੀ ਕਰੇਗਾ ਉਹ ਕਰੇਗਾ ਆਰਟੀਕਲ 32 ਦੇ ਤਹਿਤ, ਔਰ ਹਾਈ ਕੋਰਟ ਜਿਹੜੀ ਵੀ ਰਿੱਟ ਜਾਰੀ ਕਰੇਗਾ ਉਹ ਕਰੇਗਾ ਆਰਟੀਕਲ 226 ਦੇ ਤਹਿਤ। ਇਸ ਤੋਂ ਬਾਅਦ ਗੱਲ ਕਰਦੇ ਹਾਂ ਜਦੋਂ ਆਪਣੇ 32 ਖਤਮ ਹੁੰਦੇ ਆ ਫਿਰ ਆਉਂਦੇ ਹਨ ਨੈਕਸਟ ਆਉਂਦੇ ਹਨ ਕੁਛ ਅਧਿਕਾਰ ਜੋ ਕਿ ਆਪਾਂ 35 ਤੱਕ ਕੀਤੇ ਗਏ ਹੈ। 33 ਆਉਂਦਾ ਹੈ, 33 ਮੈਂ ਕੀ ਕਹਿੰਦਾ ਪਾਰਟ ਇਨ ਦੇਅਰ ਐਪਲੀਕੇਸ਼ਨ ਟੂ ਫੋਰਸਿਸ, ਕਿ ਜਿਹੜੇ ਅਧਿਕਾਰ ਹਨ ਇਹ ਕੁਛ ਹੀ ਜਗ੍ਹਾ 'ਤੇ ਲਾਗੂ ਕੀਤੇ ਗਏ ਹਨ, ਇਹ ਕੁਛ ਸਪੈਸ਼ਲ ਅਧਿਕਾਰ ਹਨ ਜੋ ਕਿ ਆਰਮੀ ਦਿੱਤੇ ਗਏ ਹਨ, ਆਰਮ ਫੋਰਸਿਸ ਦਿੱਤੇ ਗਏ ਹਨ, ਜਾਂ ਫਿਰ ਗੁਪਤਚਰਾਂ ਨੂੰ ਜਿਹਨੂੰ ਆਪਾਂ ਇੰਟੈਲੀਜੈਂਸ ਕਹਿੰਦੇ ਹਾਂ, ਜਿਵੇਂ ਇੰਟੈਲੀਜੈਂਸ ਬਿਊਰੋ ਹੁੰਦੇ ਆ, IB ਹੁੰਦਾ, CBI ਹੁੰਦੀ ਹੈ, CID ਹੁੰਦੀ ਹੈ, ਤਾਂ ਉਹਨਾਂ ਦੇ ਬੰਦਿਆਂ ਨੂੰ ਕੁਛ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ, ਕਿਉਂਕਿ ਉਹਨਾਂ ਨੇ ਜਦੋਂ ਆਪਣੀ ਛਾਣਬੀਨ ਕਰਨੀ ਹੁੰਦੀ ਹੈ ਤਾਂ ਉਹ ਕਿਸੇ ਨਾ ਕਿਸੇ ਪ੍ਰਾਈਵੇਸੀ 'ਤੇ ਵੀ ਫਰਕ ਪੈਂਦਾ ਹੈ, ਕਿਸੇ ਪ੍ਰਾਈਵੇਸੀ ਉਹ ਡਿਸਟਰਬ ਕਰਦੇ ਹਨ ਆਪਣੀ ਇੰਟੈਰੋਗੇਸ਼ਨ ਦੇ ਵਿੱਚ, ਤਾਂ ਉਹਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ ਕਿ ਉਹ ਕਿਸੇ ਦੀ ਪ੍ਰਾਈਵੇਸੀ ਨੂੰ ਡਿਸਟਰਬ ਕਰ ਸਕਦੇ ਹੈ।
ਜੇ ਉਹਨਾਂ ਦਾ ਕੰਮ ਦੇਸ਼ ਦੇ ਹਿੱਤ ਲਈ ਹੋਵੇ ਤਾਂ ਉਹਨਾਂ ਨੂੰ ਕੁਛ ਸਪੈਸ਼ਲ ਰਾਈਟਸ ਆਪਣੇ ਅਨੁਛੇਦ 33 ਤਹਿਤ ਦਿੱਤੇ ਗਏ ਹਨ। ਅਨੁਛੇਦ 34 ਕੀ ਕਹਿੰਦਾ ਹੈ? ਇਹ ਕਹਿੰਦਾ ਹੈ ਰਿਸਟ੍ਰਿਕਸ਼ਨਸ ਔਨ ਰਾਈਟਸ ਕਨਫਰਡ ਬਾਏ ਦਿਸ ਪਾਰਟ ਵਾਈਲ ਮਾਰਸ਼ਲ ਲਾਅ ਇਜ਼ ਇਨ ਦੀ ਫੋਰਸ ਇਨ ਐਨੀ ਏਰੀਆ, ਕਿ ਜਦੋਂ ਮਾਰਸ਼ਲ ਲਾਅ ਲੱਗਿਆ ਹੋਵੇ, ਜਦੋਂ ਕਿਸੇ ਵਿਅਕਤੀ 'ਤੇ ਮਾਰਸ਼ਲ ਲਾਅ, ਕਿਉਂਕਿ ਜਿਹੜਾ ਆਰਮੀ ਹੁੰਦੀ ਨਾ, ਮਤਲਬ ਜਿਹੜੇ ਵੀ ਆਪਣੇ ਡਿਫੈਂਸ ਹੈ ਆਪਣਾ, ਔਰ ਡਿਫੈਂਸ ਤਿੰਨ ਚੀਜ਼ਾਂ ਆਉਂਦੀਆਂ, ਆਰਮੀ ਆਉਂਦੀ ਹੈ ਡਿਫੈਂਸ ਦੇ ਵਿੱਚ, ਨੇਵੀ ਆਉਂਦੀ ਹੈ, ਔਰ ਏਅਰਫੋਰਸ ਆਉਂਦੀ ਹੈ, ਔਰ ਕੋਸਟਲ ਪੁਲਿਸ ਆਉਂਦੀ ਹੈ ਜੋ ਕੋਸਟਲ ਏਰੀਆਸ ਦੇ ਵਿੱਚ ਲੱਗੇ ਗਏ ਹੋਣ, ਆਰਮੀ ਆਉਂਦੀ ਹੈ, ਔਰ ਇਸ ਤੋਂ ਇਲਾਵਾ ਪੈਰਾਮਿਲਟਰੀ ਵੀ ਆਉਂਦੀ ਹੈ। ਤਾਂ ਉਹਨਾਂ ਤੋਂ ਕੋਈ ਵੀ ਗਲਤੀ ਹੁੰਦੀ ਹੈ ਜਾਂ ਕੋਈ ਵੀ ਅਪਰਾਧ ਹੁੰਦਾ ਹੈ ਤਾਂ ਉਹ ਆਪਣੇ ਆਮ ਪੁਲਿਸ ਸਟੇਸ਼ਨ ਨਹੀਂ ਆਉਂਦੇ ਹਨ, ਉਹਨਾਂ ਦਾ ਫੈਸਲਾ ਉਹਨਾਂ ਦੀ ਕੋਰਟ ਦੇ ਵਿੱਚ ਹੀ ਹੁੰਦਾ ਹੈ, ਔਰ ਉਹਨਾਂ 'ਤੇ ਜੋ ਮੁਕੱਦਮਾ ਚੱਲਦਾ ਹੈ ਉਹਨੂੰ ਆਪਾਂ ਮਾਰਸ਼ਲ ਲਾਅ ਕਹਿੰਦੇ ਹਾਂ। ਉਹਨਾਂ ਦੇ ਮੁਕੱਦਮੇ ਟ੍ਰਾਇਲ ਦੇ ਪ੍ਰੋਸੀਜਰ ਨੂੰ ਮਾਰਸ਼ਲ ਲਾਅ ਕਿਹਾ ਜਾਂਦਾ ਹੈ। ਤਾਂ ਜਿਹੜਾ ਆਰਟੀਕਲ 34 ਹੈ ਸਪੈਸ਼ਲੀ, ਇਹ ਵੀ ਉਹਨਾਂ ਵਾਸਤੇ ਬਣਾਇਆ ਗਿਆ, ਇਹ ਸਾਰੇ ਨਾਗਰਿਕ ਵਾਸਤੇ ਨਹੀਂ ਹੈ। ਇੱਕ ਹੈ ਆਰਟੀਕਲ 35, ਇਹ ਕਹਿੰਦਾ ਲੈਜਿਸਲੇਸ਼ਨ ਟੂ ਗਿਵ ਇਫੈਕਟ ਟੂ ਪ੍ਰੋਵੀਜ਼ਨਸ ਆਫ ਦਿਸ ਪਾਰਟ। ਹਾਲਾਂਕਿ ਇਸਨੂੰ ਰਪੀਲ ਕਰ ਦਿੱਤਾ ਗਿਆ, ਇਹਨੂੰ ਹਟਾ ਦਿੱਤਾ ਗਿਆ ਹੈ, ਇਹ ਪਹਿਲਾਂ ਕੀ ਨਾਮ ਹੈ 44 ਅਮੈਂਡਮੈਂਟ ਤੋਂ ਪਹਿਲਾਂ ਇਹ ਵੀ ਹੁੰਦਾ ਸੀਗਾ। ਅਤੇ ਹੁਣ ਮੈਂ ਤੁਹਾਨੂੰ ਸਾਰਾ ਇੱਕ ਵਾਰ ਰਿਪੀਟ ਕਰ ਦਿੰਦਾ ਜੋ ਜੋ ਆਪਾਂ ਅੱਜ ਪੜ੍ਹਿਆ ਹੈਗਾ। ਅੱਜ ਆਪਾਂ ਪੜ੍ਹੇ ਹੈਗੇ ਹਨ 6 ਅਧਿਕਾਰ, ਸਮਾਨਤਾ ਦੇ ਅਧਿਕਾਰ, ਸੁਤੰਤਰਤਾ ਦੇ ਅਧਿਕਾਰ, ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਧਾਰਮਿਕ ਸੁਤੰਤਰਤਾ ਦੇ ਅਧਿਕਾਰ, ਮਨੋਰਟੀਜ਼ ਵਾਸਤੇ ਪੜ੍ਹਿਆ ਆਪਾਂ, ਕਲਚਰਲ ਅਤੇ ਐਜੂਕੇਸ਼ਨਲ ਰਾਈਟਸ, ਔਰ ਲਾਸਟ ਵਿੱਚ ਪੜ੍ਹਿਆ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ। ਤਾਂ ਰਾਈਟ ਟੂ ਕੁਆਲਿਟੀ 'ਚ ਆਪਾਂ ਪੜ੍ਹਿਆ ਹੈਗਾ, ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਮੈਗਨਾ ਕਾਰਟਾ ਦੀ। ਮੈਗਨਾ ਕਾਰਟਾ ਕੀ ਸੀ? ਮੈਗਨਾ ਕਾਰਟਾ ਇੱਕ ਓਫੀਸ਼ੀਅਲ ਲੈਟਰ ਸੀਗਾ ਜੋ ਕਿ ਬ੍ਰਿਟਿਸ਼ ਸਰਕਾਰ ਦੁਆਰਾ ਮਜ਼ਦੂਰਾਂ ਨੂੰ ਦਿੱਤਾ ਗਿਆ ਸੀਗਾ 1215 ਦੇ ਵਿੱਚ। ਇਹ ਪਹਿਲਾ ਓਫੀਸ਼ੀਅਲ ਲੈਟਰ ਸੀ ਜਿਸ ਦੇ ਤਹਿਤ ਕਿਸੇ ਨੂੰ ਆਪਾਂ ਅਧਿਕਾਰ ਦਿੱਤੇ ਗਏ ਸਨ, ਅਤੇ ਜਿਹੜੇ ਆਪਣੇ ਮੌਲਿਕ ਅਧਿਕਾਰ ਹਨ ਇਹਨੂੰ ਵੀ ਮੈਗਨਾ ਕਾਰਟਾ ਕਿਹਾ ਜਾਂਦਾ ਹੈ। ਫਿਰ ਆਪਾਂ ਗੱਲ ਕੀਤੀ ਅਮਰੀਕੀ ਸਿਧਾਂਤ ਦੀ ਕਿ ਜਿਹੜੇ ਆਪਣੇ ਮੌਲਿਕ ਅਧਿਕਾਰ ਹਨ ਇਹ ਆਪਾਂ US ਕੰਸਟੀਟਿਊਸ਼ਨ ਦਿੱਤੇ ਗਏ ਹਨ, ਕਿਉਂਕਿ ਜਦੋਂ ਆਪਣਾ ਸੰਵਿਧਾਨ ਬਣਿਆ ਸੀਗਾ ਤਾਂ ਜਿਹੜੇ ਸੰਵਿਧਾਨ ਨਿਰਮਾਤਾ ਸਨ ਉਹਨਾਂ ਨੇ ਕਾਫੀ ਦੇਸ਼ਾਂ ਦੇ ਸੰਵਿਧਾਨ ਦੀ ਸਟੱਡੀ ਕੀਤੀ ਸੀ, ਅਤੇ ਜਿਸ ਸੰਵਿਧਾਨ ਦੇ ਵਿੱਚੋਂ, ਜਿਸ ਦੇਸ਼ ਦੇ ਸੰਵਿਧਾਨ ਦੇ ਵਿੱਚੋਂ ਆਪਾਂ ਨੂੰ ਜਿਹੜੀ ਚੀਜ਼ ਚੰਗੀ ਲੱਗੀ ਆਪਾਂ ਉਹ ਅਡੋਪਟ ਕਰ ਦਿੱਤੀ ਹੈ। ਤਾਂ ਜਿਹੜੇ ਫੰਡਾਮੈਂਟਲ ਰਾਈਟਸ ਹਨ ਇਹਦਾ ਸਭ ਤੋਂ ਵਧੀਆ ਡਿਸਕ੍ਰਿਪਸ਼ਨ US ਕੰਸਟੀਟਿਊਸ਼ਨ ਦੇ ਵਿੱਚ ਦਿੱਤਾ ਗਿਆ ਸੀ, ਜਿੱਥੋਂ ਆਪਾਂ ਲੈ ਲਿੱਤਾ ਗਿਆ। ਹਾਲਾਂਕਿ ਉਹਦੇ ਵਿੱਚ ਆਪਾਂ ਕਾਫੀ ਮੋਡੀਫਿਕੇਸ਼ਨ ਕੀਤੀਆਂ, ਐਜੀਟਿਕ ਨਹੀਂ ਲਿੱਤਾ ਹੈ, ਪਰੰਤੂ ਜਿਹੜਾ ਮੂਲ ਰੂਪ ਸੀਗਾ ਉਹ ਆਪਾਂ ਉਸ ਸੰਵਿਧਾਨ 'ਚੋਂ ਹੀ ਲਿੱਤਾ ਹੈ। ਫਿਰ ਗੱਲ ਕੀਤੀ ਆਪਾਂ ਸੰਕਟ ਕਾਲ ਦੀ ਕਿ ਜੋ ਐਮਰਜੈਂਸੀ ਟਾਈਮ ਹੁੰਦਾ ਉਸ ਸਮੇਂ ਆਪਣੇ ਸਾਰੇ ਮੌਲਿਕ ਅਧਿਕਾਰ ਨਿਰਸਤ ਹੋ ਜਾਂਦੇ ਹਨ ਸਿਵਾਏ 20 ਅਤੇ 21 ਅਨੁਛੇਦ ਨੂੰ ਛੱਡ ਕੇ। ਫਿਰ ਆਪਾਂ ਗੱਲ ਕੀਤੀ ਫੋਰਨਰ ਰਾਈਟਸ ਦੀ, ਜਿਹੜੇ ਵਿਦੇਸ਼ੀ ਹਨ ਇਹਨਾਂ ਨੂੰ ਵੀ ਕੁਛ ਅਧਿਕਾਰ ਦਿੱਤੇ ਗਏ ਹਨ, ਜਿਵੇਂ ਕਿ ਆਰਟੀਕਲ 20, 21 ਐਂਡ 22। ਫਿਰ ਆਪਾਂ 1 by 1 ਸਾਰੇ ਪੜ੍ਹੇ ਰਾਈਟ ਟੂ ਕੁਆਲਿਟੀ। ਰਾਈਟ ਟੂ ਕੁਆਲਿਟੀ ਕੀ ਕਹਿੰਦਾ ਸੀਗਾ? ਇਹ ਕਹਿੰਦਾ ਕਾਨੂੰਨੀ ਸਮਾਨਤਾ, ਮਤਲਬ 14ਵਾਂ ਆਰਟੀਕਲ ਕਹਿੰਦਾ ਹੈ ਕਿ ਹਰ ਵਿਅਕਤੀ ਕਾਨੂੰਨ ਦੀ ਨਿਗਾਹ ਦੇ ਸਾਹਮਣੇ ਸਮਾਨ ਹੈ, ਬਰਾਬਰ ਹੈ। ਆਰਟੀਕਲ 15 ਕਹਿੰਦਾ ਸੀਗਾ ਕਿ ਕੋਈ ਵੀ ਵਿਅਕਤੀ ਕਿਸੇ ਵੀ ਜਾਤ ਦਾ ਹੋਵੇ, ਲਿੰਗ ਦਾ ਹੋਵੇ, ਧਰਮ ਦਾ, ਨਸਲ ਦਾ, ਰੰਗ ਦੇ ਆਧਾਰ 'ਤੇ ਕਿਸੇ ਵੀ ਵਿਅਕਤੀ ਨੂੰ ਵਿਤਕਰਾ ਨਹੀਂ ਕੀਤਾ ਜਾਵੇਗਾ। ਉਹਦੇ ਹਰ ਜਿਹੜੀ ਕਿ ਉਹ ਜਿਹੜੇ ਕਰਦੇ ਸੀਗੇ ਆਪਾਂ ਡਿਸਕ੍ਰਿਮੀਨੇਸ਼ਨ ਕਰਦੇ ਸੀ ਉਸ 'ਤੇ ਰੋਕ ਲਗਾ ਦਿੱਤੀ ਹੈ।
ਫਿਰ ਆ ਰਿਹਾ ਇਹਦੇ ਵਿੱਚ ਕੀ ਹੈ ਰੁਜ਼ਗਾਰ ਸੰਬੰਧੀ ਸਮਾਨਤਾ, ਕਿ ਹਰ ਇੱਕ ਵਿਅਕਤੀ ਨੂੰ ਰੁਜ਼ਗਾਰ ਕਰਨ ਦਾ ਸਮਾਨ ਅਵਸਰ ਦਿੱਤਾ ਜਾਂਦਾ ਹੈ, ਚਾਹੇ ਨੌਕਰੀ ਕਰੇ ਸੇਮ ਜਿਹੜਾ ਉਹ ਕੰਮ ਕਰੂਗਾ ਸੇਮ ਬੇਸ 'ਤੇ ਕਰੂਗਾ, ਐਂ ਨਹੀਂ ਹੈਗਾ ਇੱਕ ਬੰਦਾ ਤਾਂ ਉਸੇ ਕੰਮ ਦੇ 8 ਘੰਟਿਆਂ ਦੇ ਸੇਮ ਪੋਸਟ 'ਤੇ ਹੋਵੇ, ਵੱਧ ਪੈ ਲਵੇ ਦੂਸਰਾ ਘੱਟ ਲਵੇ। ਤਾਂ ਇਸੇ ਤਰ੍ਹਾਂ ਜੇ ਬੰਦਾ ਕੋਈ ਰੁਜ਼ਗਾਰ ਕਰਦਾ ਤਾਂ ਕਿਸੇ ਵੀ ਕੋਨੇ ਜਾ ਕੇ ਆਪਣਾ ਰੁਜ਼ਗਾਰ ਕਰ ਸਕਦਾ ਹੈ। ਅਤੇ ਇੱਕ ਆਪਣੀ ਬਿਮਾਰੀ ਸੀ ਛੂਆਛੂਤ ਦੀ ਬਿਮਾਰੀ, ਜੋ ਕਿ ਆਪਾਂ ਇਨਸਾਨ ਹੀ ਇਨਸਾਨਾਂ ਤੋਂ ਕਰਦੇ ਸਨ, ਇਸ ਦਾ ਪੂਰੀ ਤਰ੍ਹਾਂ ਨਾਲ ਅੰਤ ਕਰ ਦਿੱਤਾ ਗਿਆ ਜੋ ਸੰਵਿਧਾਨ ਬਣਿਆ, ਤਾਂ ਇਹਨੂੰ ਅਬੋਲਿਸ਼ ਕਰ ਦਿੱਤਾ ਅਨਟੈਚੇਬਿਲਟੀ ਨੂੰ। ਤਾਂ ਹੁਣ ਕੋਈ ਵੀ ਛੂਆਛਾਤ ਵਾਲਾ ਕੇਸ ਨਹੀਂ ਹੈਗਾ। ਅਤੇ ਆਰਟੀਕਲ 18 ਕੀ ਕਿਹਾ ਸੀ, ਆਰਟੀਕਲ 18 ਕਹਿੰਦਾ ਸੀਗਾ ਕਿ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦੀ ਉਪਾਧੀ ਨਹੀਂ ਰੱਖ ਸਕਦਾ, ਚਾਹੇ ਉਹ ਬ੍ਰਿਟਿਸ਼ ਸਰਕਾਰ ਤੋਂ ਮਿਲੀ ਹੋਵੇ ਚਾਹੇ ਰਾਜਾ ਮਹਾਰਾਜ ਤੋਂ ਮਿਲੀ ਹੋਵੇ। ਕਿਉਂ ਜੋ ਆਪਣਾ ਭਾਰਤ ਆਜ਼ਾਦ ਹੋਇਆ ਸੀਗਾ ਉਸ ਤੋਂ ਪਹਿਲਾਂ ਆਪਣੇ ਬ੍ਰਿਟਿਸ਼ ਸਰਕਾਰ ਸੀਗੀ, ਅਤੇ ਉਸ ਤੋਂ ਪਹਿਲਾਂ ਕੀ ਸੀਗਾ, ਉਸ ਤੋਂ ਪਹਿਲਾਂ ਆਪਣੇ ਅਲੱਗ ਅਲੱਗ ਰਿਆਸਤਾਂ ਸੀਗੀਆਂ, ਰਿਆਸਤਾਂ ਦੇ ਵਿੱਚ ਰਾਜੇ ਮਹਾਰਾਜੇ ਰਾਜ ਕਰਦੇ ਸਨ। ਤਾਂ ਲਗਭਗ ਆਪਣੇ 550 ਰਿਆਸਤਾਂ ਸੀਗੀਆਂ ਪੰਜਾਬ ਆਪਣੇ ਭਾਰਤ ਦੀਆਂ, ਜਿਹਨੂੰ ਇਕੱਠਾ ਕਰਕੇ ਆਪਾਂ 14 ਸਟੇਟ ਬਣਾਈਆਂ ਸੀਗੀਆਂ, ਜੋ ਕਿ ਅੱਜ 28 ਸਟੇਟ ਦੇ ਵਿੱਚ ਵੰਡਿਆ ਗਿਆ ਹੈ। ਤਾਂ ਰਾਜੇ ਮਹਾਰਾਜੇ ਕੀ ਕਰਦੇ ਸੀ ਜਾਂ ਬ੍ਰਿਟਿਸ਼ ਸਰਕਾਰ ਕੀ ਕਰਦੀ ਸੀ, ਜਿਹੜਾ ਕੋਈ ਬੰਦਾ ਕੰਮ ਵਧੀਆ ਕਰਦਾ ਸੀਗਾ ਉਹਨੂੰ ਉਪਾਧੀ ਦਿੰਦੇ ਸੀ, ਉਹਨੂੰ ਟਾਈਟਲ ਦਿੰਦੇ ਸੀ। ਪਰੰਤੂ ਸੰਵਿਧਾਨ ਨਿਰਮਾਤਾ ਨੇ ਇਹ ਆਰਟੀਕਲ ਪਾ ਦਿੱਤਾ 18 ਦੇ ਵਿੱਚ ਕਿ ਇਸ ਦੇ ਤਹਿਤ ਟਾਈਟਲਸ ਦਾ ਅੰਤ ਕਰ ਦਿੱਤਾ ਗਿਆ, ਉਪਾਧੀਆਂ ਦਾ ਅੰਤ ਕਰਤਾ। ਉਸ ਤੋਂ ਬਾਅਦ ਆਰਟੀਕਲ 19 ਕੀਤਾ, ਉਹਦੇ ਵਿੱਚ ਕਹਿੰਦੇ ਹਨ ਕਿ ਬੋਲਣ ਦੀ ਸੁਤੰਤਰਤਾ, ਯਾਨੀ ਕਿ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ। ਹਰ ਬੰਦਾ ਆਪਣੀ ਗੱਲ ਕਿਵੇਂ ਕਰ ਸਕਦਾ, ਇਕੱਠ ਕਰ ਸਕਦਾ ਹੈ, ਯੂਨੀਅਨ ਬਣਾ ਸਕਦਾ ਹੈ, ਔਰ ਕਿਤੇ ਵੀ ਆਵਾਜਾਈ ਕਰ ਸਕਦਾ ਹੈ, ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਬਸੇਰਾ ਕਰ ਸਕਦਾ ਹੈ, ਅਤੇ ਕੋਈ ਵੀ ਕਿੱਤਾ ਅਪਣਾ ਸਕਦਾ ਹੈ। ਕਿੱਤਾ ਜਿਹੜਾ ਵੀ ਅਪਣਾਵੇਗਾ ਉਹ ਲੀਗਲੀ ਹੋਣਾ ਚਾਹੀਦਾ ਹੈ, ਜੇ ਕੋਈ ਬੰਦਾ ਇਲੀਗਲ ਕਿੱਤਾ ਅਪਣਾਉਂਦਾ ਹੈ ਤਾਂ ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨੈਕਸਟ ਹੈਗਾ ਅਨੁਛੇਦ 20, ਉਹ ਕਹਿੰਦਾ ਦੋਸ਼ ਸਿੱਧੀ ਦਾ ਅਧਿਕਾਰ। ਦੋਸ਼ ਸਿੱਧੀ ਕੀ ਹੁੰਦਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਆਪਣੇ ਵਿਰੁੱਧ ਹੀ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ, ਨਹੀਂ ਉਕਸਾਇਆ ਜਾਵੇਗਾ, ਔਰ ਇੱਕ ਅਪਰਾਧ ਦੀ ਸਜ਼ਾ ਇੱਕ ਵਿਅਕਤੀ ਨੂੰ ਇੱਕ ਵਾਰੀ ਦਿੱਤੀ ਜਾਵੇਗੀ। ਐਵੇਂ ਨਹੀਂ ਹੈਗਾ ਕਿ ਬੰਦੇ ਨੇ ਅਪਰਾਧ ਕਰ ਲਿਆ ਅਤੇ ਉਹਦੀ ਸਜ਼ਾ ਖਤਮ ਹੋ ਗਈ, ਪਰੰਤੂ ਫਿਰ ਉਹਦੇ ਸਜ਼ਾ ਨੂੰ ਐਕਸਟੈਂਡ ਕਰ ਦਿੱਤਾ ਜਾਂ ਦੁਬਾਰਾ ਫਿਰ ਸਜ਼ਾ ਲਾਗੂ ਕਰਤੀ। ਤਾਂ ਇੱਕ ਅਪਰਾਧ ਦੀ ਸਜ਼ਾ ਇੱਕ ਵਾਰੀ ਦਿੱਤੀ ਜਾਵੇਗੀ, ਔਰ ਜਿਹੜੀ ਸਜ਼ਾ ਹੈ ਉਹ ਸਮੇਂ ਅਨੁਸਾਰ ਦਿੱਤੀ ਜਾਵੇਗੀ। ਸਮੇਂ ਅਨੁਸਾਰ ਮਤਲਬ ਜਿਸ ਸਮੇਂ ਕੋਈ ਅਪਰਾਧ ਹੋਇਆ ਹੈ ਤਾਂ ਅਪਰਾਧ ਵੇਲੇ ਉਸਦੀ ਕੀ ਸਜ਼ਾ ਬਣਦੀ ਸੀ, ਉਹੀ ਸਜ਼ਾ ਦਿੱਤੀ ਜਾਵੇਗੀ, ਚਾਹੇ ਕਿ ਫੈਸਲਾ ਅਪਰਾਧ ਹੋਣ ਤੋਂ 2-4 ਸਾਲ ਜਾਂ 5 ਸਾਲ ਬਾਅਦ ਆਵੇ। ਨੈਕਸਟ ਹੈਗਾ ਆਰਟੀਕਲ 21 ਹੈਗਾ ਜੀਵਨ ਦਾ ਅਧਿਕਾਰ। ਜੀਵਨ ਦਾ ਮਤਲਬ ਹਰ ਬੰਦੇ ਵਿਅਕਤੀ ਨੂੰ ਆਪਣੇ ਸੁਤੰਤਰਤਾ ਪੂਰਵ ਆਪਣੇ ਜੀਵਨ ਦਾ ਅਧਿਕਾਰ ਹੈ, ਹਰ ਬੰਦਾ ਆਪਣੀ ਲਾਈਫ ਨੂੰ ਇੰਜੋਏ ਕਰ ਸਕਦਾ ਹੈ, ਔਰ ਹਰ ਵਿਅਕਤੀ ਨੂੰ ਕਾਨੂੰਨ ਦੁਆਰਾ ਸੁਰੱਖਿਅਤ ਰੱਖਿਆ ਗਿਆ ਹੈ, ਆਪਣੇ ਦੇਸ਼ ਦੇ ਵਿੱਚ ਹਰ ਕੋਨੇ ਕੋਨੇ ਦੇ ਵਿੱਚ ਆਪਣੇ ਨਿਆਂਪਾਲਿਕਾ ਹਨ, ਜਿਹਨੂੰ ਆਪਾਂ ਕਚਹਿਰੀਆਂ ਕਹਿੰਦੇ ਹਾਂ, ਲੋਕਲ ਲੈਵਲ 'ਤੇ ਲੋਕਲ ਕਚਹਿਰੀਆਂ ਹੈ, ਪਿੰਡਾਂ ਲੈਵਲ 'ਤੇ ਪੰਚਾਇਤ ਕਚਹਿਰੀਆਂ ਹੈ, ਜ਼ਿਲ੍ਹਾ ਲੈਵਲ 'ਤੇ ਜ਼ਿਲ੍ਹਾ ਅਦਾਲਤਾਂ ਹਨ, ਅਤੇ ਸਟੇਟ ਲੈਵਲ 'ਤੇ ਹਾਈਕੋਰਟਸ ਹੈ, ਅਤੇ ਕੇਂਦਰ ਲੈਵਲ 'ਤੇ ਸੁਪਰੀਮ ਕੋਰਟ ਹੈ। ਤਾਂ ਇਹਨਾਂ ਦਾ ਕੰਮ ਇਹੀ ਹੈ ਕਿ ਹਰ ਵਿਅਕਤੀ ਦੇ ਜੀਵਨ ਨੂੰ ਸੁਰੱਖਿਅਤ ਰੱਖਣਾ ਹੈ। ਔਰ ਇੱਕ ਹੈਗਾ ਰਾਈਟ ਟੂ ਪ੍ਰਾਈਵੇਸੀ, ਜਿਹਨੂੰ ਆਪਾਂ ਨਿਸ਼ਚਿਤ ਅਧਿਕਾਰ ਕਹਿੰਦੇ ਹਾਂ, ਹਰ ਵਿਅਕਤੀ ਨੂੰ ਆਪਣੀ ਪ੍ਰਾਈਵੇਸੀ ਮੇਨਟੇਨ ਕਰਨ ਦਾ ਅਧਿਕਾਰ ਹੈ, ਚਾਹੇ ਪ੍ਰਾਈਵੇਸੀ ਉਹਦੇ ਆਰਟੀਕਲਸ ਕਾਰ, ਮੋਟਰਸਾਈਕਲ, ਬਾਈਕ, ਮੋਬਾਈਲ, ਜਿੱਥੇ ਵੀ ਉਹਦਾ ਪਰਸਨਲ ਚੀਜ਼ਾਂ ਹਨ ਉਹਨੂੰ ਲੈ ਕੇ ਹੋਵੇ, ਚਾਹੇ ਆਪਣੇ ਘਰ, ਆਪਣੇ
ਰੂਮ ਲੈ ਕੇ ਪ੍ਰਾਈਵੇਸੀ ਕਿਸੇ ਤਰ੍ਹਾਂ ਹੋਵੇ ਤਾਂ ਬੰਦਾ ਆਪਣੀ ਪ੍ਰਾਈਵੇਸੀ ਮੇਨਟੇਨ ਕਰ ਸਕਦਾ ਹੈ। ਕੋਈ ਵੀ ਦੂਸਰਾ ਬੰਦਾ ਕਿਸੇ ਵੀ ਵਿਅਕਤੀ ਦੀ ਦੂਜੇ ਵਿਅਕਤੀ ਦੀ ਜੀਵਨ ਦੇ ਵਿੱਚ ਦਖਲ ਨਹੀਂ ਦੇ ਸਕਦਾ। ਨੈਕਸਟ ਹੈਗਾ ਰਾਈਟ ਟੂ ਐਜੂਕੇਸ਼ਨ, ਮੁਫਤ ਸਿੱਖਿਆ ਅਧਿਕਾਰ। ਇਹ ਆਰਟੀਕਲ 21 ਏ ਰਹਿੰਦਾ ਹੈ। ਇਹ ਆਪਾਂ ਪਾਇਆ ਗਿਆ ਸੀ 21 ਏ ਨਾਮ ਇਸ ਕਰਕੇ ਦਿੱਤਾ ਗਿਆ ਕਿਉਂਕਿ ਬਾਅਦ ਦੇ ਵਿੱਚ ਐਡ ਕੀਤਾ ਗਿਆ ਸੀਗਾ। ਇਹ ਜਿਹੜਾ ਆਰਟੀਕਲ ਸੀਗਾ ਇਹ 86ਵੇਂ ਅਮੈਂਡਮੈਂਟ ਦੇ ਤਹਿਤ 2002 ਦੇ ਵਿੱਚ ਐਡ ਕੀਤਾ ਗਿਆ ਸੀਗਾ। ਇਹਦੇ ਤਹਿਤ ਕੀ ਸੀਗਾ ਕਿ ਹਰ ਬੱਚੇ ਨੂੰ ਜਿਸ ਦੀ ਉਮਰ 6 ਤੋਂ 12 ਸਾਲ ਦੇ ਵਿੱਚ ਹੈ ਉਸਨੂੰ ਮੁਫਤ ਸਿੱਖਿਆ ਲੈਣ ਦਾ ਅਧਿਕਾਰ ਹੈ। ਇਹਦੇ ਵਿੱਚ ਹੀ ਇੱਕ ਹੋਰ ਸਰਕਾਰ ਨੇ ਉਪਰਾਲਾ ਕੀਤਾ ਸੀਗਾ, ਉਹ ਇਹ ਸੀਗਾ ਕਿ ਜਦੋਂ ਉਹਨਾਂ ਦੇਖਿਆ ਕਿ 6 ਤੋਂ 14 ਸਾਲ ਦੇ ਬਚਾਲਕ ਦੇ ਬੱਚੇ ਸਕੂਲ ਨਹੀਂ ਆ ਰਹੇ ਹਨ, ਹਾਲਾਂਕਿ ਮੁਫਤ ਸਿੱਖਿਆ ਦੇ ਰਹੇ ਤਾਂ ਵੀ ਨਹੀਂ ਆ ਰਹੇ, ਤਾਂ ਉਹਨਾਂ ਨੇ ਸਰਵੇ ਕੀਤਾ ਅਤੇ ਪਤਾ ਲੱਗਿਆ ਕਿ ਜਿਹੜੇ ਗਰੀਬ ਬੱਚੇ ਹਨ ਉਹ ਦਿਨ ਰਾਤ ਆਪਣੇ ਮਾਤਾ ਪਿਤਾ ਨਾਲ ਸੇਵਾ ਕਰਦੇ ਹਨ, ਕੰਮ ਕਰਵਾਉਂਦੇ ਹਨ ਤਾਂ ਕਿ ਉਹਨਾਂ ਨੂੰ ਕੋਈ ਮਿਹਨਤ ਮਜ਼ਦੂਰੀ ਮਿਲ ਕੇ ਰੋਟੀ ਦਾ ਜੁਗਾੜ ਹੋ ਸਕੇ। ਤਾਂ ਫਿਰ ਸਰਕਾਰ ਨੇ ਕੀ ਕਿਹਾ, ਸਰਕਾਰ ਕਹਿੰਦੇ ਤੁਸੀਂ ਬੱਚਿਆਂ ਨੂੰ ਆਪਣੇ ਸਕੂਲ ਭੇਜੋ ਅਤੇ ਇੱਕ ਢੰਗ ਦੀ ਰੋਟੀ ਅਸੀਂ ਦਿਆ ਕਰਾਂਗੇ। ਤਾਂ ਮਿਡ ਡੇ ਮੀਲ ਜਿਹੜੀ ਸਕੀਮ ਹੈ ਉਹ ਵੀ ਇਸੇ ਆਰਟੀਕਲ ਦੇ ਤਹਿਤ ਲਿਆਂਦੀ ਗਈ ਹੈ। ਅਗਲਾ ਸੀਗਾ ਆਪਣਾ ਆਰਟੀਕਲ 22, ਇਹ ਹੈਗਾ ਗੈਰ ਕਾਨੂੰਨੀ ਗ੍ਰਿਫਤਾਰੀ ਦੇ ਰੋਕ। ਇਹਦੇ ਵਿੱਚ ਕੀ ਹੈ ਕਿ ਗ੍ਰਿਫਤਾਰੀ ਜਿਹੜੀ ਗੈਰ ਕਾਨੂੰਨੀ ਹੁੰਦੀ ਹੈ, ਯਾਨੀ ਕਿ ਗਲਤ ਬੰਦੇ ਚੱਕ ਲੈਣਾ ਜਾਂ ਗਲਤ ਬੰਦੇ 'ਤੇ ਕੋਈ ਗਲਤ ਕੇਸ ਪਾ ਦੇਣਾ, ਸਹੀ ਬੰਦੇ 'ਤੇ ਗਲਤ ਕੇਸ ਪਾ ਦੇਣਾ, ਗਲਤ ਬੰਦੇ ਛੱਡ ਦੇਣਾ, ਸਹੀ ਨੂੰ ਪਕੜ ਲੈਣਾ, ਤਾਂ ਇਹ ਸਾਰੀ ਗੈਰ ਕਾਨੂੰਨੀ ਗ੍ਰਿਫਤਾਰੀ ਮੰਨੀ ਜਾਂਦੀ ਹਨ। ਦੂਸਰਾ ਗੈਰ ਕਾਨੂੰਨੀ ਗ੍ਰਿਫਤਾਰੀ ਉਹਨੂੰ ਵੀ ਮੰਨਿਆ ਜਾਂਦਾ ਹੈ ਜਦੋਂ ਕੋਈ ਪੁਲਿਸ ਅਧਿਕਾਰੀ ਕਿਸੇ ਮੁਜਰਮ ਨੂੰ ਫੜ ਕੇ ਆਪਣੇ ਕੋਲ ਰੱਖਦਾ ਹੈ ਅਤੇ ਉਹਨੂੰ 24 ਘੰਟੇ ਦੇ ਅੰਦਰ ਅੰਦਰ ਜੱਜ ਸਾਹਮਣੇ ਪੇਸ਼ ਨਹੀਂ ਕਰਦਾ ਹੈ, ਤਾਂ ਉਹ ਵੀ ਗੈਰ ਕਾਨੂੰਨੀ ਗ੍ਰਿਫਤਾਰੀ ਮੰਨੀ ਜਾਂਦੀ ਹੈ। ਅਤੇ ਜੇ ਕਿਸੇ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਸਨੂੰ ਵਕੀਲ ਹਾਇਰ ਵੀ ਕੀਤਾ ਜਾ ਦੇਣ ਜਾ ਰਿਹਾ ਤਾਂ ਵੀ ਉਹਨੂੰ ਗੈਰ ਕਾਨੂੰਨੀ ਗ੍ਰਿਫਤਾਰੀ ਮੰਨਿਆ ਜਾਵੇਗਾ, ਕਿਉਂਕਿ ਬੰਦੇ ਕੋਲ ਰਾਈਟਸ ਹੁੰਦੇ ਹਨ ਕਿ ਉਹ ਪਹਿਲਾਂ ਤਾਂ ਆਪਣਾ ਜੁਰਮ ਪੁੱਛ ਸਕਦਾ ਜੇ ਕੋਈ ਪਕੜਨ ਆਉਂਦਾ ਹੈ ਕਿ ਮੇਰਾ ਕੀ ਜੁਰਮ ਹੈ। ਦੂਸਰਾ ਸਰਚ ਵਾਰੰਟ ਮੰਗ ਸਕਦਾ ਹੈ ਜੇ ਕੋਈ ਬੰਦਾ ਪੁਲਿਸ ਕਿਸੇ ਨੂੰ ਘਰੇ ਲੱਭਣ ਜਾਂਦੀ ਹੈ, ਉਹ ਘਰੇ ਨਹੀਂ ਮਿਲਦਾ ਹੈ ਤਾਂ ਉਹ ਪੁਲਿਸ ਕਹਿੰਦੀ ਹੈ ਫਿਰ ਤੁਹਾਡੇ ਘਰ ਦੀ ਕਲਾਸ ਲੈਣੀ ਹੈ, ਤਾਂ ਉਹਦੇ ਕੋਲ ਸਰਚ ਵਾਰੰਟ ਹੋਣਾ ਚਾਹੀਦਾ ਹੈ। ਤੀਸਰਾ, ਜਦੋਂ ਵਿਅਕਤੀ ਨੂੰ ਪਕੜ ਕੇ ਲੈ ਕੇ ਜਾਂਦਾ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ 24 ਘੰਟੇ ਅੰਦਰ ਅੰਦਰ ਮਜਿਸਟਰੇਟ ਸਾਹਮਣੇ ਪੇਸ਼ ਕਰੇ, ਹਾਲਾਂਕਿ 24 ਘੰਟੇ ਦੇ ਵਿੱਚ ਆਉਣ ਅਤੇ ਜਾਣ ਦਾ ਸਮਾਂ ਨਹੀਂ ਗਿਣਿਆ ਜਾਂਦਾ। ਇਸ ਤੋਂ ਇਲਾਵਾ ਕੀ ਹੈ, ਜਿਹੜੇ ਮਹਿਲਾਵਾਂ ਹਨ ਮਹਿਲਾਵਾਂ ਦੀ ਗ੍ਰਿਫਤਾਰੀ ਵਾਸਤੇ ਕੁਛ ਅਲੱਗ ਤੋਂ ਸਪੈਸ਼ਲ ਅਧਿਕਾਰ ਦਿੱਤੇ ਗਏ ਹਨ। ਪਹਿਲਾ ਅਧਿਕਾਰ ਆਹੀ ਹੈ ਕਿ ਕਿਸੇ ਵੀ ਮਹਿਲਾ ਨੂੰ ਦਿਨ ਛਿਪਣ ਤੋਂ ਬਾਅਦ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ, ਯਾਨੀ ਕਿ ਰਾਤ ਦੇ ਸਮੇਂ ਜਾਂ ਤੜਕੇ ਦੇ ਸਮੇਂ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ, ਸੂਰਜ ਨਿਕਲਣ ਤੋਂ ਬਾਅਦ ਅਤੇ ਸੂਰਜ ਛਿਪਣ ਤੋਂ ਪਹਿਲਾਂ ਕਿਸੇ ਮਹਿਲਾ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਦੂਸਰਾ, ਕਿਸੇ ਮਹਿਲਾ ਨੂੰ ਗ੍ਰਿਫਤਾਰ ਕਰਨਾ ਹੈ ਤਾਂ ਉਹਦੇ ਵਾਸਤੇ ਮਹਿਲਾ ਪੁਲਿਸ ਆਵੇਗੀ ਔਰ ਉਸ ਗ੍ਰਿਫਤਾਰ ਮਹਿਲਾ ਨੂੰ ਮਹਿਲਾ ਲੋਕਲ 'ਚ ਰੱਖਿਆ ਜਾਵੇਗਾ। ਤਾਂ ਇਹ ਜੋ ਕਿ ਆ ਇਹਨਾਂ ਵਾਸਤੇ ਮਹਿਲਾਵਾਂ ਵਾਸਤੇ ਕੁਛ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ। ਇਸ ਤੋਂ ਬਾਅਦ ਹੈਗਾ ਰਾਈਟ ਐਕਸਪਲੋਇਟੇਸ਼ਨ, ਇਹ ਹੈਗਾ ਆਪਣਾ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਕਿ ਜਿੱਥੇ ਮਨੁੱਖੀ ਵਪਾਰ ਹਿਊਮਨ ਟ੍ਰੈਫਿਕਿੰਗ ਹੁੰਦੀ ਹੈ, ਯਾਨੀ ਮਨੁੱਖੀ ਵਪਾਰ ਹੁੰਦਾ ਹੈ, ਆਰਟੀਕਲ 23 ਕਹਿੰਦਾ ਮਨੁੱਖੀ ਵਪਾਰ 'ਤੇ ਅਤੇ ਵਿਗਾੜ 'ਤੇ ਰੋਕ ਲਗਾ ਦਿੱਤੀ ਹੈ। ਜਦੋਂ ਕੋਈ ਬੰਦਾ ਕਿਸੇ ਤੋਂ ਫ੍ਰੀ 'ਚ ਕੰਮ ਕਰਾਉਂਦਾ ਜਿਹਨੂੰ ਆਪਾਂ ਵਿਗਾੜ ਕਰਨੇ ਹਾਂ, ਜਾਂ ਮਨੁੱਖੀ ਵਪਾਰ ਹੁੰਦਾ ਹੈ ਜਿਹਦੇ ਵਿੱਚ ਦੇਹ ਵਪਾਰ ਵੀ ਹੁੰਦਾ ਹੈ ਅਤੇ ਕਿਸੇ ਤੋਂ ਭੀਖ ਮੰਗਣ ਵਾਸਤੇ ਵੀ ਉਹਨੂੰ ਆਪਾਂ ਇੱਕ ਸਟੇਟ ਤੋਂ ਦੂਜੇ ਸਟੇਟ ਤੱਕ ਲੈ ਜਾ ਸਕਦੇ ਹਾਂ, ਜਾਂ ਕਿਸੇ ਵਿਅਕਤੀ ਦੇ ਔਰਗਨਸ ਅੰਗ ਕੱਢੇ ਜਾਂਦੇ ਹਨ ਸਰੀਰ ਦੇ ਵਿੱਚੋਂ ਉਹਨੂੰ ਬਿਨਾਂ ਦੱਸੇ, ਅਤੇ ਉਹ ਵੀ ਇੱਕ ਤਰ੍ਹਾਂ ਦਾ ਕ੍ਰਾਈਮ ਹੈ, ਉਹ 'ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਬਾਲ ਮਜ਼ਦੂਰੀ 'ਤੇ ਰੋਕ ਲਗਾ ਦਿੱਤੀ ਹੈ,
ਆਰਟੀਕਲ 24 ਕੀ ਕਹਿੰਦਾ ਹੈ, 14 ਸਾਲ ਤੋਂ ਘੱਟ ਬੱਚੇ ਨੂੰ ਫੈਕਟਰੀ ਕਾਰਖਾਨੇ ਦੇ ਕੰਮ 'ਤੇ ਪੂਰੀ ਤਰ੍ਹਾਂ ਨਾਲ ਰੋਕ ਲਾ ਦਿੱਤੀ ਹੈ, ਕਿਉਂਕਿ ਜਿਹੜੇ ਆਹ ਚੀਜ਼ਾਂ ਹੁੰਦੀਆਂ ਹਨ ਕਾਰਖਾਨੇ ਫੈਕਟਰੀ ਮਾਈਨਸ, ਇਹਨੂੰ ਆਪਾਂ ਹੈਜ਼ਰਡਸ ਪਲੇਸ ਕਹਿੰਦੇ ਹਾਂ, ਖਤਰਨਾਕ ਜਗ੍ਹਾਵਾਂ ਜਿੱਥੇ ਜਾਨ ਮਾਲ ਦਾ ਰਿਸਕ ਰਹਿੰਦਾ ਹੈ, ਤਾਂ ਇਸ ਜਗ੍ਹਾ 'ਤੇ ਇਹਨਾਂ ਜਗ੍ਹਾ 'ਤੇ 14 ਸਾਲ ਤੋਂ ਘੱਟ ਬੱਚਿਆਂ ਨੂੰ ਕੰਮ ਕਰਨ 'ਤੇ ਬਿਲਕੁਲ ਰੋਕ ਲਗਾ ਦਿੱਤੀ ਗਈ ਹੈ। ਫਿਰ ਆਪਾਂ ਕੀਤਾ ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਇਹ 'ਚ ਕੀ ਹੈ, ਇਹਦੇ ਵਿੱਚ ਹੈ ਕਿ ਆਰਟੀਕਲ 25 ਕਹਿੰਦਾ ਹੈ ਕਿ ਕਿਸੇ ਵੀ ਧਰਮ ਨੂੰ ਮੰਨਣ ਦੀ ਆਜ਼ਾਦੀ ਦਿੱਤੀ ਗਈ ਹੈ, ਪ੍ਰਤੇਕ ਵਿਅਕਤੀ ਕਿਸੇ ਵੀ ਧਰਮ ਨੂੰ ਮੰਨ ਸਕਦਾ ਹੈ ਔਰ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦਾ ਹੈ, ਜੋ ਕਿ ਉਹਨੂੰ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ। ਕੋਈ ਵੀ ਵਿਅਕਤੀ ਨੂੰ ਆਪਾਂ ਜ਼ਬਰਦਸਤੀ ਉਹਦਾ ਧਰਮ ਪਰਿਵਰਤਨ ਨਹੀਂ ਕਰ ਸਕਦੇ, ਹਾਲਾਂਕਿ ਬੰਦਾ ਚਾਹੇ ਤਾਂ ਆਪਣੀ ਇੱਛਾ ਨਾਲ ਆਪਣਾ ਧਰਮ ਪਰਿਵਰਤਨ ਕਰ ਸਕਦਾ ਹੈ। ਆਰਟੀਕਲ 26 ਕਹਿੰਦਾ ਸੀ ਕਿ ਧਾਰਮਿਕ ਕਾਰਜ ਸੁਤੰਤਰਤਾ, ਕੋਈ ਵੀ ਵਿਅਕਤੀ ਆਪਣੇ ਧਰਮ ਦੇ ਅੰਤਰਗਤ ਆਪਣੇ ਕਾਰਜ ਕਰ ਸਕਦਾ ਹੈ, ਸੁਤੰਤਰਤਾ ਦਿੱਤੀ ਗਈ ਹੈ, ਜਿਵੇਂ ਕਿ ਨਗਰ ਕੀਰਤਨ ਕਰਨਾ, ਸ਼ੋਭਾ ਯਾਤਰਾ ਕੱਢਣੀ, ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਆਪਣਾ ਤਿਉਹਾਰ ਮਨਾਉਣਾ, ਜਿਵੇਂ ਈਦ ਮਨਾਉਣੀ, ਕ੍ਰਿਸਮਸ ਮੰਗਾਉਣੀ, ਦੀਵਾਲੀ ਦੁਸਹਿਰਾ ਮਨਾਉਣਾ, ਤਾਂ ਆਰਟੀਕਲ 26 ਦੇ ਤਹਿਤ ਪ੍ਰਤੇਕ ਵਿਅਕਤੀ ਨੂੰ ਆਪਣੇ ਧਾਰਮਿਕ ਕਾਰਜਾਂ ਦੀ ਸੁਤੰਤਰਤਾ ਦਿੱਤੀ ਗਈ ਹੈ। ਅਨੁਛੇਦ 27 ਦੇ ਵਿੱਚ ਕੀ ਕਹਿੰਦਾ, ਅਨੁਛੇਦ 27 ਕਹਿੰਦਾ ਹੈ ਕਿ ਧਾਰਮਿਕ ਕਰਨ ਤੋਂ ਸੁਤੰਤਰਤਾ, ਕਿ ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀਗਾ, ਜਦੋਂ ਦਿੱਲੀ ਸਲਤਨਤ ਦਾ ਰਾਜ ਸੀਗਾ ਤਾਂ ਉਸ ਸਮੇਂ ਜਿਹੜੇ ਗੈਰ ਮੁਸਲਮਾਨ ਲੋਕ ਸਨ ਉਹਨਾਂ 'ਤੇ ਧਾਰਮਿਕ ਕਰ ਲਗਾਉਂਦੇ ਸਨ, ਉਹਨਾਂ ਨੂੰ ਕਿਹਾ ਜਾਂਦਾ ਸੀ ਜਾਂ ਤਾਂ ਤੁਸੀਂ ਮੁਸਲਮਾਨ ਬਣ ਜਾਓ ਜਾਂ ਫਿਰ ਤੁਹਾਡੇ 'ਤੇ ਟੈਕਸ ਲੱਗੇਗਾ। ਪਰੰਤੂ ਜਦੋਂ ਆਪਣਾ ਸੰਵਿਧਾਨ ਬਣਿਆ ਤਾਂ ਆਰਟੀਕਲ 27 ਦੇ ਵਿੱਚ ਇਹ ਲਿਖਿਆ ਗਿਆ ਕਿ ਕਿਸੇ ਵੀ ਵਿਅਕਤੀ ਕੋਲੋਂ ਧਾਰਮਿਕ ਦੇ ਧਰਮ ਦੇ ਨਾਮ 'ਤੇ ਕਿਸੇ ਤਰ੍ਹਾਂ ਟੈਕਸ ਨਹੀਂ ਲਿੱਤਾ ਜਾਵੇਗਾ। ਇਸ 'ਤੇ ਇੱਕ ਹੋਰ ਚੀਜ਼ ਦਿੱਤੀ ਗਈ ਕਿ ਜਦੋਂ ਕੋਈ ਬੰਦਾ ਕਿਸੇ ਵੀ ਧਾਰਮਿਕ ਜਗ੍ਹਾ 'ਤੇ ਡੋਨੇਸ਼ਨ ਦਿੰਦਾ ਹੈ ਤਾਂ ਉਹਨੂੰ ਆਪਾਂ ਹਾਲਾਂਕਿ ਰਿਬੇਟ ਦਿੰਦੇ ਹਾਂ। ਨੈਕਸਟ ਸੀਗਾ ਆਪਣਾ ਆਰਟੀਕਲ 28, ਇਹ 'ਚ ਸੀਗਾ ਸਿੱਖਿਆ ਅਧਾਰ ਦੇ ਵਿੱਚ ਧਾਰਮਿਕ ਸਿੱਖਿਆ, ਇਹਦਾ ਮਤਲਬ ਐਵੇਂ ਹੈ ਕਿ ਜਿਹੜੇ ਪ੍ਰਾਈਵੇਟ ਇੰਸਟੀਟਿਊਸ਼ਨ ਜਿਵੇਂ ਕਿ ਕੁਛ ਮਿਸ਼ਨਰੀ ਵਾਲੇ ਸਕੂਲ ਹਨ ਉਹ ਤਾਂ ਧਾਰਮਿਕ ਸਿੱਖਿਆ ਕਰਾ ਸਕਦੇ ਹਨ, ਜਿਵੇਂ ਸੈਕੰਡਰੀ ਸਕੂਲ ਹਨ ਉਹ ਕਰਵਾ ਸਕਦੇ ਹਨ, ਅਤੇ ਜਿਹੜੇ ਦੂਜੇ ਸਕੂਲ ਹਨ ਜੋ ਸਰਕਾਰੀ ਸਕੂਲ ਹਨ ਜਾਂ ਫਿਰ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦੀ ਰਾਸ਼ੀ ਪ੍ਰਾਪਤ ਕਰਦੇ ਹਨ ਉੱਥੇ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਦੋ ਆਪਣੇ ਰਾਈਟਸ ਹੈ ਜੋ ਕਿ ਮਨੋਰਥ ਦਿੱਤੇ ਗਏ ਹਨ, ਘੱਟ ਗਿਣਤੀ ਵਰਨ ਦਿੱਤੇ ਗਏ ਹਨ। ਪਹਿਲਾਂ ਦਿੱਤਾ ਗਿਆ ਕਿ ਆਪਣੀ ਭਾਸ਼ਾ, ਲਿਪੀ ਅਤੇ ਸੱਭਿਆਚਾਰ ਦੀ ਸੰਭਾਲ ਰੱਖ ਸਕਣ ਤਾਂ ਕਿ ਉਹ ਸਮੇਂ ਦੇ ਹਿਸਾਬ ਨਾਲ ਕਿਤੇ ਅਲੋਪ ਨਾ ਹੋ ਜਾਣ। ਦੂਸਰਾ, ਉਹ ਆਪਣੇ ਧਰਮ ਅਤੇ ਭਾਸ਼ਾ ਦੇ ਆਧਾਰ 'ਤੇ ਸਿੱਖਿਆ ਅਧਿਕਾਰ ਦੀ ਸਥਾਪਨਾ ਕਰ ਸਕਦਾ ਹੈ। ਅਤੇ ਹੁਣ ਦਾ ਅੱਜ ਦਾ ਟੋਪਿਕ ਸੀਗਾ ਆਪਣਾ ਸਾਰਾ ਅੱਜ ਕਵਰ ਹੋ ਗਿਆ, ਤੁਸੀਂ ਇਹਨੂੰ ਆਪਣਾ ਸਾਰਿਆਂ ਨੂੰ ਰਿਵੀਜ਼ਨ ਕਰ ਲਿਓ ਅਤੇ ਮੈਨੂੰ ਇਜਾਜ਼ਤ ਦਿਓ। ਧੰਨਵਾਦ।